वाहे गुरु जी, ज्ञान ध्यान किश कर्म न जाना, सार ना जाना तेरी, सब ते वड्डा सतगुर नानक, जिन कल राखी मेरी तू मेरो मेर परबत स्वामी, तू मेरो मेर परबत स्वामी, ओट गही मैं तेरी, ना तुम डोलो ना हम गिरते, रख लीनी हर मेरी, रख लीनी हर मेरी। सतनाम श्री वाहे गुरु साहिब जी, जय तसरी महला पंजवा, वार श्लोका नाल एक ओंकार सतगुर प्रसाद श्लोक आद पूर्ण मद पूर्ण अंत पूर्ण परमेश्वर है, सिमरंत संत सर्वत्र रमनं नानक अगनासन जगदीश्वर है। आद पूर्ण मद पूर्ण अंत पूर्ण परमेश्वर है, सिमरंत संत सर्वत्र रमनं नानक अगनासन जगदीश्वर है। पेखन सुनन सुनावन मन में दृढ़ साच, पूर रहयो सर्वतर मैं नानक हर रंग राच, पौड़ी हर एक निरंजन गाई है, सब अंतर सोई करन कारण समरथ प्रभ, जो करे सो होई, खिन मैं थाप्यो थापदा तिस बिन नहीं कोई, खंड ब्रह्मांड पाताल दीप रव्या सब लोई, जिस आप बुझाए सो बुझसी निर्मल जन सोई, जिस आप बुझाए सो बुझसी निर्मल जन सोई। वाहे गुरु जी का खालसा, वाहे गुरु जी की फतेह। गुरु रूप, गुरु प्यारी, गुरु सवारी साध संगत जी, आप जी बड़े ही प्रेम श्रद्धा दे नाल, तन तन दीन दुनिया दे मालक साहिब श्री गुरु ग्रंथ साहिब जी दी पावन पवित्र हजूरी विच बैठ के सिख कौम दी मायानाज शख्सियत, अति सत्कार योग सिंह साहिब ज्ञानी हरप्रीत सिंह जी, जथेदार श्री अकाल तख्त साहिब, उन्हां दे पासों गुरमत फलसफे की जानकारी लै रहे सी। उन्होंने गुरबाणी दे रब्बी ज्ञान की आप जी नाल सांझ पाई। इतिहास की रोशनी दे विच पहला
ਅਤੇ ਅੱਜ ਦੇ ਸਮੇਂ ਵਿੱਚ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕੀਤਾ। ਉਹਨਾਂ ਤੋਂ ਬਾਅਦ ਇੱਕ ਲੜਕੀ ਬੀਬੀ ਨੇ, ਮੈਂ ਜਾਣਦਾ ਤਾਂ ਨਹੀਂ, ਪਰ ਉਹਨਾਂ ਜੋ ਵਿਚਾਰ ਪੇਸ਼ ਕੀਤੇ ਇਹੋ ਕਹਿਣਾ ਬਣਦਾ, ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਬਿਛਾਵਣ ਲੇਫ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ। ਜੋ ਕੁਝ ਪਿੰਡੇ ਉੱਤੇ ਹੰਡਾਇਆ, ਸ਼ੈਂ ਤੇ ਕੋਈ ਨਗਰ ਕੋਈ ਪਿੰਡ ਬਚਿਆ ਹੋਏਗਾ, ਜਿੱਥੇ ਜੋ ਕੁਝ ਸਿੱਖਾਂ ਨਾਲ ਹੋਇਆ ਉਸ ਕੁਝ ਦੀ ਦਾਸਤਾਨ ਉਸ ਨਗਰ ਦੇ ਸੀਨੇ 'ਤੇ ਨਾ ਲਿਖੀ ਗਈ ਹੋਵੇ। ਬਹੁਤ ਕੁਝ ਗਵਾਇਆ ਪਰ ਫਿਰ ਵੀ ਇਹ ਗੁਰੂ ਕਲਗੀਧਰ ਮਹਾਰਾਜ ਜੀ ਦੀ ਸਾਜੀ ਨਵਾਜੀ ਕੌਮ ਹੈ, ਅੱਜ ਵੀ ਚੜ੍ਹਦੀ ਕਲਾ ਦੇ ਜਕਾਰੇ ਔਰ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੀ ਹੈ। ਬਹੁਤ ਸੱਜੇ ਢੰਗ ਨਾਲ ਉਹਨਾਂ ਆਪਣੀ ਅਤੇ ਕੌਮ ਦੀ ਗੱਲ ਕੀਤੀ ਹੈ। ਆਪਾਂ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ, ਜਿਸ ਕਾਰਜ ਦੇ ਲਈ ਕਲਗੀਧਰ ਮਹਾਰਾਜ ਜੀ ਨੇ ਧਰਮ ਚਲਾਵਨ, ਪੰਥ ਉਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਲਈ ਇਸ ਦੁਨੀਆ ਵਿੱਚ ਆਏ ਔਰ ਖਾਲਸਾ ਪੰਥ ਸਾਜਿਆ। ਸਾਡੇ ਵਿੱਚ ਲੱਖਾਂ ਮਤਭੇਦ ਵੀ ਹੋਣ, ਅਸੀਂ ਆਪਸ ਮੇਂ ਇੱਕ ਦੂਜੇ ਨਾਲ ਕਈ ਵਾਰੀ ਨਾਰਾਜ਼ ਵੀ ਹੋ ਜਾਈਏ, ਪਰ ਬੇਨਤੀ ਜ਼ਰੂਰ ਕਰੀਏ ਕਿ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਤੋਂ ਨਾ ਟੁੱਟੀਏ। ਜੋ ਤੁਸੀਂ ਸਾਨੂੰ ਸੇਧ ਦਿੱਤੀ ਹੈ, ਜੋ ਸਾਨੂੰ ਤੁਸੀਂ ਨਿਸ਼ਾਨਾ ਦੇ ਗਏ ਹੋ, ਕੌਮ ਉਸ ਨਿਸ਼ਾਨੇ ਦੇ ਉੱਤੇ ਚੱਲਦੀ ਰਹੇ। ਅਤੇ ਫਿਰ ਨਾਲ ਤਾਂ ਮਹਾਰਾਜ ਹੈ ਹੀ ਆ, ਕਿਤੇ ਗਏ ਨਹੀਂ ਹੈ। ਉਹਨਾਂ ਬਚਨ ਜੋ ਕੀਤੇ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ, ਐਸੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਨਾਲ ਜੁੜੇ ਰਹੀਏ। ਲਾਹੇ ਲਏ ਨੇ ਆਪ ਜੀ ਨੇ, ਆਓ ਕੁਝ ਸਮੇਂ ਦੇ ਲਈ। ਸਾਰੇ ਪੱਖਾਂ ਦੀ ਵਿਚਾਰ ਹੋ ਗਈ ਆ, ਰਾਜਨੀਤਿਕ ਪੱਖ ਵੀ ਹੋ ਗਏ ਆ, ਇਤਿਹਾਸਿਕ ਪੱਖ ਦੀ ਵੀ ਗੱਲ ਹੋਈ ਹੈ, ਆਪਣੀ ਪੀੜਾ ਆਪਣੇ ਦਰਦਾਂ ਦੀ ਗੱਲ ਵੀ ਹੋਈ ਹੈ। ਆਓ ਕੁਝ ਸਮੇਂ ਲਈ ਸਤਿਗੁਰੂ ਦੀ ਪਾਵਨ ਪਵਿੱਤਰ ਇਲਾਹੀ ਬਾਣੀ, ਜੋ ਸਾਡੀ ਜ਼ਿੰਦਗੀ ਦਾ ਆਧਾਰ ਹੈ, ਜੋ ਸਾਨੂੰ ਕਦੇ ਡੋਲਣ ਨਹੀਂ ਦਿੰਦੀ, ਜੋ ਸਾਡੇ ਨਾਲ ਹੈ, ਜੋ ਸਾਡੀ ਰਖਵਾਲੀ ਕਰਦੀ ਹੈ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਐਸੀ ਪਾਵਨ ਇਲਾਹੀ ਬਾਣੀ ਦੀ ਵਿਚਾਰ ਨਾਲ ਜੁੜਨਾ ਹੈ ਜੋ ਸਭ ਦੁੱਖਾਂ ਦੀ ਪੂਰਤੀ ਕਰਦੀ ਹੈ। ਆਓ ਲਾਹੇ ਲਈਏ, ਹਾਜ਼ਰੀਆਂ ਲਵਾਓ, ਸਾਰੇ ਕਵਾਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਤਸਰੀ ਮਹੱਲਾ ਪੰਜਵਾਂ, ਵਾਰ ਸਲੋਕਾਂ ਨਾਲ। ਇਹ ਜੋ ਪਾਵਨ ਸ਼ਬਦ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਹੋਣਾ ਤੋਂ ਸੁਣ ਲਿਆ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 705 ਅੰਗ ਤੋਂ ਆਰੰਭ ਹੁੰਦਾ ਹੈ। ਇਹ ਜੈਤ ਸ੍ਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਈ ਬਾਣੀ ਹੈ ਜੈਤ ਸ੍ਰੀ ਕੀ ਵਾਰ। ਜੈਤ ਸ੍ਰੀ ਕੀ ਵਾਰ ਦੀਆਂ 20 ਪੌੜੀਆਂ ਅਤੇ ਸ਼ਲੋਕ ਹਨ। ਪਹਿਲੀ ਵਾਰ ਸਲੋਕਾਂ ਨਾਲ, ਇਹ ਵਾਰ ਪੌੜੀਆਂ ਨੂੰ ਕਹਿ ਦਿੰਦੇ ਨੇ, ਅਤੇ ਨਾਲ ਉਹਦੇ ਵਿੱਚ ਸਲੋਕ ਹਨ, ਕਿਤੇ ਇੱਕ ਸਲੋਕ ਕਿਤੇ ਦੋ ਸਲੋਕ, ਇਸ ਤਰੀਕੇ ਨਾਲ ਇਹ ਵਾਰ ਦੀ ਆਰੰਭਤਾ ਹੋ ਰਹੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲ ਹੈ ਸਾਡਾ, ਸਾਡਾ ਬੀਜ ਮੰਤਰ ਹੈ ਇੱਕ ਓਅੰਕਾਰ ਜੋ ਹੈ। ਇੱਕ ਜੋ ਇੱਕ ਹੈ, ਅਦੁੱਤੀ ਹੈ, ਜਿਹਦੇ ਵਰਗਾ ਕੋਈ ਦੂਜਾ ਹੈ ਨਹੀਂ। ਓਅੰਕਾਰ ਜੋ ਸਰਵ ਪ੍ਰਕਾਸ਼ਕ ਹੈ, ਸਾਰਿਆਂ ਨੂੰ ਬਣਾਉਣ ਵਾਲਾ ਹੈ, ਪਰ ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੇ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਨਾਲ ਹੁੰਦੀ ਹੈ। ਇਹ ਗੁਰੂ ਜੀ ਮੰਗਲ ਵਿੱਚ ਦੱਸ ਰਹੇ ਹਨ। ਸਲੋਕ
ਹੁਣ ਪਹਿਲਾਂ ਸਲੋਕ ਆਏਗਾ ਫਿਰ ਪੌੜੀ ਆਏਗੀ। ਸਲੋਕ ਦੀ ਆਰੰਭਤਾ ਕਰ ਰਹੇ ਹਨ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜ਼ਿਕਰ ਕਰ ਰਹੇ ਆਖਦੇ ਹਨ। ਸਵਾਲ ਹੈ ਕਿ ਜਿਹੜੇ ਗੁਰਮੁਖ ਹਨ, ਸੰਤ ਜਨ ਹਨ, ਉਹ ਕਿਹਦਾ ਧਿਆਨ ਧਰਦੇ ਹਨ, ਕਿਹਦਾ ਸਿਮਰਨ ਕਰਦੇ ਹਨ, ਕਿਹਦੀ ਸਿਫਤ ਸਲਾਹ ਕਰਦੇ ਹਨ ਔਰ ਕਰਨੀ ਚਾਹੀਦੀ ਹੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਆਦ ਪੂਰਨ, ਉਹ ਤਾਂ ਇੱਕੋ ਹੀ ਹੈ ਜੋ ਆਦ ਕਹਿੰਦੇ ਆ ਸ਼ੁਰੂਆਤ, ਜੋ ਆਰੰਭ ਵਿੱਚ ਵੀ ਪੂਰਾ ਹੀ ਸੀ, ਪਰ ਉਹਦੇ ਨਾਲ ਇਹ ਸ਼ਬਦ ਨਹੀਂ ਜੁੜ ਸਕਦਾ ਵੀ ਉਹ ਪਹਿਲਾਂ ਹੀ ਪੂਰਾ ਸੀ, ਇਉਂ ਵੀ ਕਹਿਣਾ ਪਏਗਾ ਹੁਣ ਵੀ ਪੂਰਾ। ਮੱਧ ਆ ਹੁਣ ਸਮਾਂ ਚੱਲ ਰਿਹਾ, ਅਤੇ ਜਦੋਂ ਅੰਤ ਦੁਨੀਆ ਦਾ ਸੰਸਾਰ ਦਾ ਆ ਗਿਆ ਤਾਂ ਵੀ ਉਹ ਖਤਮ ਨਹੀਂ ਹੋ ਜਾਣ ਲੱਗਾ, ਉਹ ਘਟ ਨਹੀਂ ਜਾਣ ਲੱਗਾ, ਉਹ ਪੂਰਾ ਹੀ ਰਹੇਗਾ। ਉਹਦੇ ਖਜ਼ਾਨੇ, ਉਹਦੇ ਭੰਡਾਰੇ ਉਸ ਵਾਹਿਗੁਰੂ ਦੇ ਕਦੇ ਨਹੀਂ ਘਟਣ ਲੱਗੇ। ਪਹਿਲਾਂ ਵੀ ਪੂਰਾ ਹੀ ਸੀ, ਜਦੋਂ ਕੋਈ ਨਹੀਂ ਸੀ, ਦੁਨੀਆ ਸਾਜੀ ਨਹੀਂ ਸੀ, ਉਦੋਂ ਵੀ ਉਹ ਤਾਂ ਉੱਡਾ ਹੀ ਸੀ। ਹੁਣ ਦੁਨੀਆ ਸਾਜੀ ਗਈ ਹੈ, ਮਧਲਾ ਸਮਾਂ ਆ ਗਿਆ, ਹੁਣ ਵੀ ਉਹ ਘਟ ਨਹੀਂ ਗਿਆ, ਉਹ ਪਰਿਪੂਰਨ ਹੈ। ਅਤੇ ਜਦੋਂ ਦੁਨੀਆ ਦਾ ਅੰਤ ਵੀ ਆ ਜਾਏਗਾ ਉਦੋਂ ਵੀ ਉਹ ਪੂਰਨ ਹੀ ਹੋਏਗਾ, ਭਾਵ ਜੋ ਤ੍ਰੈ ਕਾਲ ਆਬਾਦ ਹੈ, ਜੋ ਪਹਿਲਾਂ ਵੀ, ਹੁਣ ਵੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪੂਰਾ ਹੈ, ਘਟਦਾ ਨਹੀਂ। ਜੋ ਮਰਜ਼ੀ ਉਹ 'ਚੋਂ ਕੱਢੀ ਜਾਓ, ਨਿਕਲੀ ਜਾਓ, ਲੱਖਾਂ ਖੰਡ ਬ੍ਰਹਿਮੰਡ ਉਹ 'ਚੋਂ ਬਣ ਜਾ ਰਹੇ ਨੇ ਬਣੇ ਜਾ ਰਹੇ ਨੇ, ਢਹਿ ਢੇਰੀ ਵੀ ਹੋ ਜਾਣਗੇ, ਪਰ ਉਹ ਨਾ ਘਟੇ, ਨਾ ਉਹਨੂੰ ਕਹਿ ਸਕਦੇ ਕਿ ਵੱਧ ਜਾਏਗਾ, ਵਧੇਗਾ ਅਤੇ ਤਾਂ ਜੇ ਅੱਜ ਘੱਟ ਹੋਵੇ, ਉਹ ਤਾਂ ਹਮੇਸ਼ਾ ਹੀ ਪੂਰਨ ਹੈ ਜੀ। ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸੁਰ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਸਿਮਰੰਤ ਸੰਤ ਸਰਬਤਰ ਰਮਨੰ, ਜਿਹੜੇ ਸੰਤ ਹਨ, ਗੁਰਮੁਖ ਹਨ, ਜਿਹੜੇ ਸੱਤ ਨਾਲ ਜੁੜੇ ਹੋਏ ਹਨ, ਉਹ ਗੁਰਮੁਖ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਆ ਜਿਹੜਾ ਸਦਾ ਹੀ ਪੂਰਾ, ਜਿਹੜਾ ਕਦੇ ਘਟਦਾ ਨਹੀਂ, ਨਾ ਕਦੇ ਘਟ ਸੀ ਨਾ ਕਦੇ ਘਟੇਗਾ। ਮਹਾਰਾਜ ਕਹਿੰਦੇ ਸਿਮਰੰਤ ਸੰਤ, ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਸੰਤ ਹਨ, ਗੁਰਸਿੱਖ ਹਨ, ਗੁਰਮੁਖ ਹਨ, ਜਨ ਹਨ, ਭਗਤ ਹਨ, ਉਹਦਾ ਸਿਮਰਨ ਕਰਦੇ ਹਨ, ਹੋਰ ਕੋਈ ਸਿਮਰਨ ਨਹੀਂ। ਅੱਜ ਕੱਲ੍ਹ ਬਹੁਤ ਸਾਰਾ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਜੀ, ਨਾਮ ਦੇ ਦਿਓ ਜੀ, ਜਾਂ ਕੋਈ ਇਸ ਤਰ੍ਹਾਂ ਦਾ ਮੰਤਰ ਦੇ ਦਿਓ ਜੀ ਜਿਹਦੇ ਨਾਲ ਮੇਰਾ ਕੋਈ ਭਲਾ ਹੋ ਜਾਏ। ਗੁਰੂ ਕੇ ਸਿੱਖਾਂ ਲਈ ਤਾਂ ਕਮ ਸੇ ਕਮ ਇਹ ਗੱਲ ਕਹਿਣੀ ਬਹੁਤ ਮਾੜੀ ਹੋ ਜਾਏਗੀ, ਕਿਉਂਕਿ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਬਾਣੀ ਵਿੱਚ ਇਕੱਲੀ ਇਕੱਲੀ ਗੱਲ ਨੂੰ ਖੋਲ੍ਹ ਕੇ ਸਾਹਮਣੇ ਰੱਖਿਆ ਕਿ ਕਿਸੇ ਹੋਰ ਦਾ ਧਿਆਨ ਨਹੀਂ, ਨਾ ਇੱਕੇ ਦਸ਼ਮੇਸ਼ ਪਿਤਾ ਜੀ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਵਿਨਾਸ਼ੀ ਤੇ ਪਰਮੇਸ਼ਰ ਜਾਨੋ। ਜੇ ਉਹ ਸਦਾ ਹੀ ਹੈ, ਉਸ ਵਾਹਿਗੁਰੂ ਦਾ ਸਿਮਰਨ ਕਰੋ, ਔਰ ਗੁਰਮੁਖ ਸਿਮਰਦੇ ਵੀ ਹੈ। ਸਿਮਰੰਤ ਸੰਤ ਸਰਬੱਤਰ ਰਮਣੰ, ਜੋ ਸਰਬੱਤਰ ਤੋਂ ਭਾਵ ਹਰ ਜਗ੍ਹਾ ਹੀ ਜੋ ਰਮਿਆ ਹੋਇਆ, ਇਹ ਨਹੀਂ ਕਹਿ ਸਕਦੇ ਕਿ ਕਿਸੇ ਇੱਕ ਦੇਸ਼, ਇੱਕ ਮੁਲਕ, ਇੱਕ ਦਿਸ਼ਾ ਵੱਲ ਉਹ ਹੈ, ਹਰ ਜਗ੍ਹਾ ਹੀ, ਹਰ ਜਗ੍ਹਾ ਉਹ ਰਮਿਆ ਹੋਇਆ, ਹਰ ਜਗ੍ਹਾ ਉਹ ਵਿਆਪਕ ਹੈ। ਅਤੇ ਗੁਰਮੁਖ ਉਹਨੂੰ ਹਰ ਵੇਲੇ ਵੀ, ਸਤਯੁਗ ਵਿੱਚ ਵੀ, ਤ੍ਰੇਤੀ ਦੁਆਪਰ ਕਲਯੁਗ ਵਿੱਚ ਵੀ ਉਹਦਾ ਸਿਮਰਨ ਕਰਦੇ ਆਏ, ਕਰ ਰਹੇ ਹਨ ਔਰ ਕਰਦੇ ਰਹਿਣਗੇ। ਨਾਲ ਇਹ ਵੀ ਕਹਿ ਦਿੱਤਾ ਨਾਨਕ ਅਗਨਾਸ਼ਨ ਜਗਦੀਸ਼ਵਰ ਹੈ, ਉਹ ਵਾਹਿਗੁਰੂ ਬੰਦੇ ਦੇ ਅਗ ਕਹਿ ਦਿੰਦੇ ਆ ਪਾਪਾਂ ਨੂੰ, ਪਾਪਾਂ ਦਾ ਨਾਸ਼ ਕਰਨ ਦੀ ਸਮਰੱਥਾ ਰੱਖਦਾ। ਹਾਲਾਂਕਿ ਸਾਧ ਸੰਗਤ, ਜੋ ਵੀ ਬੰਦਾ ਬੀਜਦਾ ਹੈ ਉਹ ਵੱਢਣਾ ਪੈਂਦਾ, ਬਾਣੀ ਕਹਿੰਦੀ ਹੈ ਜਿਹਾ ਬੀਜਾ ਸੋ ਲਾਉਣਾ, ਜੋ ਬੀਜੇਗਾ ਉਹ ਤੈਨੂੰ ਵੱਢਣਾ ਪਏਗਾ। ਪਰ ਨਾਲ ਇੱਥੇ ਇਹ ਵੀ ਮਹਾਰਾਜ ਨੇ ਆਖ ਦਿੱਤਾ ਇਹ ਓਨਾ ਚਿਰ ਹੈ ਜਿੰਨਾ ਚਿਰ ਤੂੰ ਆਪਣੇ ਆਪ ਹਿਸਾਬ ਕਿਤਾਬ ਲਾਈ ਜਾਏਗਾ, ਆਪ ਬਾਣੀਆਂ ਬਣਿਆ ਬੈਠਾ, ਆਪਣੇ ਹਿਸਾਬ ਕਿਤਾਬ ਤੈਨੂੰ ਭੋਗਣੇ ਪੈਣਗੇ। ਪਰ ਜਦੋਂ ਉਹਦੇ ਦਰ 'ਤੇ ਪਹੁੰਚ ਗਿਆ, ਉਹਦੇ ਚਰਨਾਂ 'ਚ ਡਿੱਗ ਪਿਆ, ਉਹਦੀ ਸਿਫਤ ਨਾਲ ਡਿੱਗ ਪਿਆ,
ਉਹਦੀ ਸਿਫਤ ਵਿੱਚ ਜੁੜ ਗਿਆ ਅਤੇ ਫਿਰ ਉਹਦੇ ਹੱਥ ਵਿੱਚ ਤਾਕਤ ਹੈ, ਉਹ ਚਾਹੇ ਪਾਪਾਂ ਨੂੰ ਪਾੜ ਦੇਵੇ, ਨਾਸ਼ ਕਰ ਦੇਵੇ, ਤੇਰਾ ਹਿਸਾਬ ਕਿਤਾਬ ਖਤਮ ਕਰ ਦੇਵੇ, ਉਹਦੇ ਹੱਥ 'ਚ ਕਲਮ ਹੈ, ਮਾਲਕ ਹੈ। ਮਾਈ ਆ ਕੇ ਕਹਿ ਦਿੰਦੀ ਹੈ ਮਹਾਰਾਜ ਨੂੰ, ਸੱਚੇ ਪਾਤਸ਼ਾਹ ਘਰ ਔਲਾਦ ਨਹੀਂ, ਕੋਈ ਪੁੱਤਰ ਨਹੀਂ। ਮਹਾਰਾਜ ਕਹਿਣ ਲੱਗੇ ਤੇਰੇ ਮਸਤਕ 'ਤੇ ਨਹੀਂ ਲਿਖਿਆ। ਹੱਥ ਜੋੜ ਕੇ ਕਹਿ ਦਿੰਦੀ ਸੱਚੇ ਪਾਤਸ਼ਾਹ ਫਿਰ ਲਿਖਿਆ ਨਹੀਂ, ਲਿਖ ਦਿਉ, ਤੁਸੀਂ ਉਹ ਲਿਖਣ ਵਾਲੇ, ਉੱਥੇ ਨਹੀਂ ਲਿਖਿਆ ਤਾਂ ਇੱਥੇ ਲਿਖ ਦਿਉ, ਕਲਮ ਤਾਂ ਤੁਹਾਡੀ ਹੈ। ਮਹਾਰਾਜ ਲਿਖ ਦਿੰਦੇ ਆ। ਅੱਜ ਵੀ ਇਹਨਾਂ ਦੇ ਹੱਥ ਕਲਮ ਅਗਮ ਮਸਤਕ ਲਿਖਾਵਤੀ, ਕਲਮ ਦੇ ਮਾਲਕ ਹਨ। ਔਰ ਮਹਾਰਾਜ ਕਹਿੰਦੇ ਕੀਤੇ ਬੰਦੇ ਦੇ ਜਨਮਾਂ ਜਨਮਾਂਤਰਾਂ ਦੇ ਪਾਪ, ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫਤ ਬੰਦੇ ਦੇ ਪਾਪਾਂ ਨੂੰ ਕੱਟ ਦਿੰਦੀ ਹੈ। ਅਤੇ ਮਹਾਰਾਜ ਕਹਿੰਦੇ ਜਦੋਂ ਉਹਦੇ ਸਿਮਰਨ ਨਾਲ ਜੁੜੀਏ, ਸਿਮਰੰਤ ਸੰਤ ਸਰਬੱਤ ਰਮਣੰ, ਸੰਤ ਜਨ ਐਸੇ ਵਾਹਿਗੁਰੂ ਦਾ ਨਾਮ ਜਪਦੇ ਹਨ ਔਰ ਉਹ ਵਾਹਿਗੁਰੂ ਐਸੀਆਂ ਸਿਫਤਾਂ ਦਾ ਮਾਲਕ ਹੈ। ਨਾਨਕ ਅਗ ਨਾਸ਼ਨ ਜਗਦੀਸ਼ਵਰ ਹੈ। ਅਗ ਕਹਿੰਦੇ ਪਾਪਾਂ ਨੂੰ, ਨਾਸ਼ਨ ਭਾਵ ਨਾਸ਼ ਕਰਨ ਵਾਲਾ, ਜਗਤ ਦਾ ਮਾਲਕ ਹੈ ਉਹ, ਉਹ ਸਭ ਦਾ ਖਸਮ ਮਾਲਕ ਐਸਾ ਹੈ। ਪੇਖਨ ਸੁਨਨ ਸੁਨਾਵਨ ਮਨ ਮਦੜੀਐ ਸਾਚ। ਸਤਿਗੁਰੂ ਜੀ ਕਹਿੰਦੇ ਪੇਖਣ ਵਾਲਾ ਤੁਹਾਨੂੰ, ਇਹ ਨਹੀਂ ਕਿ ਉਹਨੂੰ ਕੁਛ ਦਿਖਦਾ ਨਹੀਂ ਹੈ, ਸਾਡੀ ਪੀੜਾ ਸਾਡਾ ਦਰਦ ਉਹ ਤੋਂ ਕਿਤੇ ਲੁਕਿਆ, ਉਹ ਵੇਖਦਾ। ਇਹ ਵੀ ਨਹੀਂ ਕਿ ਉਹ ਸੁਣਦਾ ਨਹੀਂ ਹੈ, ਸੁਣਦਾ ਵੀ ਹੈ। ਗੁਰੂ ਕਾ ਸਿੱਖ ਐਸੇ ਰੱਬ ਦਾ ਪੁਜਾਰੀ ਨਹੀਂ ਜਿਹੜਾ ਕਿਤੇ ਜਿਹਨੂੰ ਕੁਛ ਦਿਖਦਾ ਨਹੀਂ ਜਾਂ ਜਿਹਨੂੰ ਕੁਛ ਸੁਣਦਾ ਨਹੀਂ ਜੋ ਬੋਲਾ ਨਾ। ਗੁਰੂ ਨਾਨਕ ਸਾਹਿਬ ਤੇ ਪਰਮਾਤਮਾ ਨੂੰ ਕਹਿੰਦੇ ਵਾਹਿਗੁਰੂ ਮੇਰੀ ਗੱਲ ਸੁਣ ਅਤੇ ਕੰਨ ਕਰਕੇ ਸੁਣ, ਕਹਿ ਰਹੇ ਆ ਮੈਂ ਤੇਰੇ ਅੱਗੇ ਬੇਨਤੀ ਕਰਦਾ। ਔਰ ਹੱਕ ਨਾਲ ਕਹਿੰਦੇ ਕੰਨ ਕਰਕੇ ਸੁਣ, ਔਰ ਸੁਣਦਾ ਉਹਨਾਂ ਦੀ ਗੱਲ। ਕਿੱਥੇ ਕਹਿੰਦੇ ਤਿਲੰਗ ਰਾਗ ਦਾ ਪਹਿਲਾ ਸ਼ਬਦ ਪੜ੍ਹ ਲਓ, ਉਹਦੇ ਵਿੱਚ ਕਹਿੰਦੇ ਯਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ। ਯਕ ਕਹਿੰਦੇ ਇੱਕ ਨੂੰ, ਮੈਂ ਤੇਰੇ ਅੱਗੇ ਇੱਕ ਅਰਜ ਕਰਦਾ। ਯਕ ਅਰਜ ਗੁਫਤਮ ਪੇਸ਼ ਤੋਂ, ਗੁਫਤ ਹੁੰਦਾ ਕਹਿਣਾ ਫਾਰਸੀ ਵਿੱਚ, ਤੇਰੇ ਸਾਹਮਣੇ ਪੇਸ਼ ਕਰਦਾ ਮੈਂ ਇੱਕ ਅਰਜ, ਪਰ ਮੈਂ ਬੇਨਤੀ ਇਹ ਕੀ ਕਰ ਰਿਹਾ। ਦਰਗੋਸ਼ ਕੁਨ ਕਰਤਾਰ, ਗੋਸ਼ ਫਾਰਸੀ 'ਚ ਕੰਨ ਨੂੰ ਕਹਿ ਦਿੰਦੇ ਆ, ਅਤੇ ਕਹਿੰਦੇ ਮੇਰੀ ਗੱਲ ਕੰਨ ਕਰਕੇ ਸੁਣ। ਅਤੇ ਉਹ ਕੀ ਆ ਅਰਜ, ਕੀ ਕਰਦਾ ਗੁਰੂ ਕਾ ਸਿੱਖ? ਗੁਰੂ ਜੀ ਉਸ ਆਪਣੀ ਵਿਚਾਰਧਾਰਾ ਨੂੰ ਦੱਸ ਰਹੇ, ਕਹਿੰਦੇ ਉਹ ਅਰਜ ਇਹ ਹੈ ਕਿ ਹੇ ਵਾਹਿਗੁਰੂ ਤੂੰ ਹੀ ਸੱਚ ਹੈ, ਤੂੰ ਹੀ ਵੱਡਾ ਹੈ, ਤੂੰ ਹੀ ਬਖਸ਼ਿਸ਼ ਕਰਨ ਵਾਲਾ, ਕਮਾਲੇ ਕਰਾਮਾਤ ਕਾਇਮ ਕਰੀਮ ਹੈ, ਤੂੰ ਬਖਸ਼ਿਸ਼ ਕਰਨ ਵਾਲਾ ਹੱਕਾ ਕਬੀਰ ਕਰੀਮ, ਤੂੰ ਬੇਐਬ ਪਰਵਦਗਾਰ, ਤੇਰੇ 'ਚ ਕੋਈ ਐਬ ਨਹੀਂ, ਤੂੰ ਪਾਕ ਪਵਿੱਤਰ ਹੈ। ਉਹਦੇ ਮੁਕਾਬਲੇ ਦੁਨੀਆ, ਦੁਨੀਆ ਕੁਛ ਵੀ ਨਹੀਂ, ਦੁਨੀਆ ਮੁਕਾਮੇ ਫਾਨੇ, ਦੁਨੀਆ ਦਾ ਮੁਕਾਮ ਫਨਾ ਹੋ ਜਾਣ ਵਾਲਾ ਹੈ। ਦਿਲ ਹੇ ਚ ਨਾ ਦਾਨੀ, ਪਰ ਮੇਰਾ ਮਨ ਸਮਝਦਾ ਨਹੀਂ ਇਹ ਗੱਲ, ਤੇਰੇ ਅੱਗੇ ਬੇਨਤੀ ਕਿ ਤੂੰ ਸੱਚ ਹੈ, ਪਰ ਮੇਰਾ ਮਨ ਨਹੀਂ ਸਮਝ ਰਿਹਾ, ਤੂੰ ਕਿਰਪਾ ਕਰ ਮੇਰੇ ਮਨ ਨੂੰ ਇਹ ਸਮਝ ਬਖਸ਼ ਦੇ ਕਿ ਮੈਂ ਇਹ ਗੱਲ ਜਾਣ ਲਵਾਂ ਕਿ ਪੇਖਣ ਸੁਣਨ ਸੁਣਾਵ ਨੂੰ, ਤੂੰ ਦੇਖਦਾ ਵੀ ਹੈ, ਸਦ ਸੁਣਦਾ ਸਦ ਵੇਖਦਾ। ਹੇ ਮੇਰੇ ਵਾਹਿਗੁਰੂ, ਤੂੰ ਆਪਣੇ ਸਿੱਖਾਂ ਦੀਆਂ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਨੇੜੇ ਹੋ ਕੇ ਸੁਣਦਾ, ਤੂੰ ਵੇਖਦਾ ਵੀ ਹੈ, ਨਜ਼ਰ ਵੀ ਰੱਖਦਾ ਵੀ ਕੀ ਕਰ ਰਿਹਾ ਇਹ, ਕਿੱਥੇ ਗਲਤੀ ਕਰਦਾ, ਡਿੱਗਦੇ ਨੂੰ ਰੋਕਦਾ ਵੀ ਹੈ, ਡਿੱਗੇ ਨੂੰ ਚੁੱਕਦਾ ਵੀ ਹੈ। ਜਦੋਂ ਇਹਨੂੰ ਦਰਦ ਹੁੰਦਾ, ਇਹਦਾ ਦਰਦ ਵੀ ਵੰਡਾਉਣਾ ਕਿਸੇ ਰੂਪ ਦੇ ਵਿੱਚ, ਜਦੋਂ ਫਿਰ ਤੇਰੀ ਸ਼ਰਨ ਆਉਂਦਾ ਹੈ ਇਹਨੂੰ ਫਿਰ ਪਿਛਲੇ ਅਵਗੁਣ ਬਖਸ਼ ਲਏ ਭਰਾਵ ਆ ਕੇ ਮਾਰਗ ਪਾਵੇ, ਤੇਰੀ ਇਹ ਸਮਰੱਥਾ ਹੈ। ਐ ਭਾਈ ਗੁਰੂ ਕੇ ਸਿੱਖੋ, ਜਿਹੜਾ ਵਾਹਿਗੁਰੂ ਵੇਖਦਾ ਹੈ ਸੁਣਦਾ ਹੈ, ਔਰ ਪੇਖਣ ਸੁਣਨ ਸੁਣਾਵਨੋ, ਜਿਹਨੂੰ ਅਸੀਂ ਆਪਣੀ ਗੱਲ ਸੁਣਾ ਵੀ ਸਕਦੇ ਹਾਂ, ਜੋ ਸਾਡੀਆਂ ਸੁਣਦਾ ਹੈ। ਮਨ ਮਹਿ ਦ੍ਰਿੜੀਐ ਸਾਚ, ਗੁਰੂ ਜੀ ਕਹਿੰਦੇ ਉਹ ਸੱਚੇ ਵਾਹਿਗੁਰੂ ਨੂੰ ਆਪਣੇ ਦਿਲ 'ਚ, ਉਹਦੇ ਵਿਸ਼ਵਾਸ ਨੂੰ, ਉਹਦੇ ਯਕੀਨ ਨੂੰ ਹਿਰਦੇ ਵਿੱਚ ਦ੍ਰਿੜ ਕਰ ਲਓ। ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ, ਇੱਦਾਂ ਨਹੀਂ। ਗੁਰੂ ਜੀ ਕਹਿੰਦੇ ਉਹਨੂੰ ਦ੍ਰਿੜ ਕਰ, ਉਸ ਨੂੰ, ਉਹ ਵੇਖਦਾ, ਉਹ ਸੁਣਦਾ, ਔਰ ਉਹ ਤੇਰੇ ਨੇੜੇ ਹੈ।
ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਪੂਰ ਰਹਿਓ ਸਰਬਤਰ ਮੈਂ, ਐਸੀ ਕੋਈ ਜਗ੍ਹਾ ਨਹੀਂ ਕਿ ਜਿੱਥੇ ਉਹਦੀ ਤਾਕਤ ਉਹਦੀ ਸ਼ਕਤੀ ਨਹੀਂ ਪਹੁੰਚ ਸਕਦੀ, ਹਰ ਜਗ੍ਹਾ ਹੀ ਪਰਿਪੂਰਨ ਹੈ। ਅਤੇ ਮਹਾਰਾਜ ਕਹਿੰਦੇ ਨਾਨਕ ਹਰ ਰੰਗ ਰਾਚ ਉਹ ਹਰੀ ਵਾਹਿਗੁਰੂ ਜੋ ਹਰੇ ਪਰੇ ਕਰਨ ਵਾਲਾ ਹੈ, ਜੋ ਹਰੇ ਕੀ ਪਾਪਾਂ ਨੂੰ ਕੱਟਣ ਵਾਲਾ ਹੈ, ਐਸਾ ਵਾਹਿਗੁਰੂ ਉਹਦੇ ਨਾਮ ਦੇ ਰੰਗ ਵਿੱਚ ਪ੍ਰੇਮ ਰੰਗ ਵਿੱਚ ਰਚ ਜਾ, ਇੱਕ ਮਿੱਕ ਹੋ ਜਾ, ਉਹਦੇ ਨਾਲ ਜੁੜ ਜਾ, ਜੋ ਹਰ ਵੇਲੇ ਤੇਰੇ ਨਾਲ ਹੈ, ਹਰ ਜਗ੍ਹਾ ਹੀ ਹੈ। ਦਸਮੇਸ਼ ਪਿਤਾ ਕਲਗੀਧਰ ਮਹਾਰਾਜ ਜੀ ਦਾ ਜੀਵਨ ਜਦ ਪੜ੍ਹਦੇ ਹਾਂ, ਮਾਛੀਵਾੜੇ ਦੇ ਜੰਗਲਾਂ ਦਾ ਇਤਿਹਾਸ ਕੀ ਤੋਂ ਭੁੱਲਿਆ, ਕਿਸ ਤਰ੍ਹਾਂ ਦੀ ਸਥਿਤੀ ਹੋ ਜਾਂਦੀ ਹੈ, ਪੈਰਾਂ ਦੇ ਵਿੱਚ ਕੰਡੇ ਚੁਭ ਜਾਂਦੇ ਹਨ, ਪੈਰਾਂ 'ਚ ਛਾਲੇ ਹੋ ਜਾਂਦੇ ਆ, ਜਾਮਾ ਲੀਰੋ ਲੀਰ ਹੋ ਜਾਂਦਾ ਹੈ, ਜਾ ਕੇ ਇੱਕ ਖੂਹ ਦੇ ਕੋਲ ਬੈਠਦੇ ਆ, ਥੋੜ੍ਹਾ ਜਲ ਛਕਦੇ ਆ, ਟਿੰਡ ਦਾ ਸਰਾਣਾ ਲਾਉਂਦੇ ਆ, ਜਾਨੋ ਪਿਆਰੇ ਸਿੰਘ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਕਰਵਾ ਕੇ ਚਮਕੌਰ ਦੀ ਗੜੀ ਵਿੱਚ ਦੇਖ ਕੇ ਜੈਕਾਰੇ ਲਾ ਕੇ ਵਾਹਿਗੁਰੂ ਦਾ ਸ਼ੁਕਰ ਕਰਕੇ ਆਉਂਦੇ ਆ। ਅਤੇ ਜਿਹੜੇ ਨਾਲ ਸਿੰਘ ਆਉਂਦੇ ਆ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਉਹ ਵੀ ਵਿਛੜ ਜਾਂਦੇ ਆ, ਅਤੇ ਉਸ ਖੂਹ ਦੇ ਕਿਨਾਰੇ ਦੇ ਉੱਤੇ ਬੈਠ ਕੇ ਵੀ, ਗੁਲਾਬੇ ਦੇ ਬਾਹਰਲੇ ਪਾਸੇ ਬਾਗ ਦੇ ਵਿੱਚ ਵੀ, ਉੱਥੇ ਕਿਹੜੀ ਉਹ ਗੱਲ ਕਰਦੇ ਹੋ ਮਿੱਤਰ ਪਿਆਰੇ ਨੂੰ, ਬਾਕੀ ਸਭ ਕੁਝ ਪਿੱਛੇ ਰਹਿ ਗਿਆ, ਪਰ ਇੱਕ ਚੀਜ਼ ਨਹੀਂ ਭੁੱਲੀ, ਉਹ ਕੀ ਆ, ਉਹ ਮਿੱਤਰ ਪਿਆਰਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਹਰ ਰੰਗ ਰਾਜ, ਤੂੰ ਉਹਦੇ ਰੰਗ ਵਿੱਚ ਰਚਿਆ ਰਹੋ, ਉਹਦਾ ਰੰਗ ਲੱਥਣ ਨਾ ਦੇ, ਇਹ ਹਿਰਦੇ ਵਿੱਚ ਮੰਨ ਲੈ ਕਿ ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਟੋਲਾ। ਦੁਨੀਆਂ ਦੇ ਰੰਗ ਜਿੰਨੇ ਵੀ ਹੈ ਕੱਚੇ ਫਿੱਕੇ ਲੱਥ ਜਾਣ, ਪਰ ਮਹਾਰਾਜ ਕਹਿੰਦੇ ਉਹ ਨਾ ਲੱਥਣ ਨਹੀਂ ਜਿਹੜਾ ਤੇਰੇ ਗੁਰੂ ਨੇ ਲੱਥਣ ਨਹੀਂ ਦਿੱਤਾ ਔਖੇ ਵੇਲਿਆਂ 'ਚ ਵੀ। ਔਖੇ ਵੇਲੇ ਵਿੱਚ ਵੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਯੋਧਣ, ਨਾਗ ਨਿਵਾਸਾਂ ਦੇ ਕਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਬਸ ਇਹ ਗੱਲ ਯਾਦ ਰੱਖਿਓ। ਤੇਰੇ ਨਾਲ ਜੁੜਿਆ ਰਹਾਂ ਭਾਵੇਂ ਸੱਥਰ 'ਤੇ ਭਾਵੇਂ ਧਰਤੀ 'ਤੇ ਹੀ ਸੌਣਾ ਪੈ ਜਾਏ, ਦੂਜੇ ਪਾਸੇ ਤੇਰੇ ਬਿਨਾਂ ਖੇੜੇ ਨੇ ਖੁਸ਼ੀਆਂ ਨੇ, ਪਰ ਤੂੰ ਨਹੀਂ ਉਹਨਾਂ 'ਚ। ਅਤੇ ਫਿਰ ਕਹਿੰਦੇ ਮੇਰੇ ਲਈ ਉਹ ਭੱਠ ਨੇ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਣੀ ਵੀ ਹੋਣਾ, ਪਾਟ ਪਟੰਬਰ 12 'ਤੇ ਵਧੀਕ, ਧਣੀ ਵੀ ਹੋਣਾ ਪਾਟ ਪਟੰਬਰ ਪਾਹੇ ਸੇਤੀ ਜਾਲੇ, ਤੇਰੇ ਤੋਂ ਬਿਨਾਂ ਸੋਹਣੇ ਸੋਹਣੇ ਰੇਸ਼ਮ ਦੇ ਕੱਪੜੇ ਕੀ ਕਰਨੇ, ਅੱਗ ਲਾ ਕੇ ਸਾੜ ਸੁੱਟਾਂ। ਦੂਜੇ ਪਾਸੇ ਤੂੰ ਹੈ ਅਤੇ ਤੇਰੇ ਨਾਲ ਰਹਿ ਕੇ ਧੂੜੀ ਵਿੱਚ ਰਹਿਣਾ ਪੈ ਜਾਏ, ਲੋਟਣੀਆਂ ਖਾਣੀਆਂ ਪੈ ਜਾਣ, ਮਿੱਟੀ ਵਿੱਚ ਲੰਘਣਾ ਪੈ ਜਾਏ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੂੜੀ ਵਿੱਚ ਲੁਡੰਦੜੀ ਸੋਹਾਂ, ਲੁੱਡੀਆਂ ਪਾਵਾਂ, ਮੈਂ ਸੋਹਣੀ ਲੱਗਦੀ ਹਾਂ, ਮੈਨੂੰ ਚੰਗਾ ਲੱਗੇਗਾ, ਪਰ ਤਾਂ ਚੰਗਾ ਲੱਗੇਗਾ ਨਾਨਕ ਤੈ ਸਹਿ ਨਾਲੇ, ਮੇਰੇ ਸ਼ੋ ਤੂੰ ਮੇਰੇ ਨਾਲ ਹੋਵੇਂ, ਤੂੰ ਮੇਰੇ ਨਾਲ ਵੱਸਦਾ ਹੋਵੇਂ, ਮੇਰੇ ਹਿਰਦੇ 'ਚ ਹੋਵੇਂ, ਤੇਰੀ ਹੋਂਦ ਤੇਰੀ ਹਸਤੀ ਦਾ ਅਹਿਸਾਸ ਮੇਰੇ ਅੰਦਰੋਂ ਕਦੇ ਟੁੱਟੇ ਨਾ। ਗੁਰੂ ਪਾਤਸ਼ਾਹ ਜੀ ਕਹਿੰਦੇ ਹੈ ਤਾਂ ਹਰ ਜਗ੍ਹਾ ਹੀ ਹੈ, ਉਹ ਤਾਂ ਕਦੇ ਵੀ ਨਹੀਂ, ਐਸੀ ਅਣਹੋਂਦ ਨਹੀਂ ਹੈ ਕਿ ਉਹ ਨਹੀਂ ਸੀ ਕਦੇ ਜਾਂ ਕਿਤੇ ਨਹੀਂ ਸੀ। ਮਹਾਰਾਜ ਕਹਿੰਦੇ ਉਹ ਹਰ ਜਗ੍ਹਾ ਹੀ ਹੈ, ਪਰ ਤੂੰ ਕਹਿੰਦੇ ਨਾਨਕ ਹਰ ਰੰਗ ਰਾਚ, ਤੂੰ ਉਹਦੇ ਰੰਗ ਵਿੱਚ ਰਚਤੇ ਸਹੀ, ਤੂੰ ਉਹਦੇ ਰੰਗ ਵਿੱਚ ਰੰਗਿਆ ਜਾ। ਪੌੜੀ ਪੌੜੀ ਵਿੱਚ ਸਮਝਾ ਰਹੇ 706 ਅੰਗ ਉੱਤੇ, ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਹਰ ਏਕ ਨਿਰੰਜਨ ਗਾਈਐ ਪਿਆਰਿਆ, ਹਰੀ ਜੋ ਇੱਕੋ ਹੀ ਆ, ਦੂਜਾ ਤਾਂ ਹੈ ਨਹੀਂ ਨਾ, ਦੂਜਾ ਉਹਦੇ ਵਰਗਾ ਕੋਈ ਹੈ ਨਹੀਂ, ਤੂੰ ਉਸ ਨਿਰੰਜਨ ਨੂੰ ਨਿਰਅੰਜਨ, ਅੰਜਨ ਕਹਿ ਦਿੰਦੇ ਸੁਰਮੇ ਨੂੰ, ਸੁਰਮਾ ਹੁੰਦਾ ਕਾਲਾ, ਕਾਲਖ ਤੋਂ ਲਈ ਗਈ ਆ ਮਾਇਆ, ਇਉਂ ਸ਼ਬਦ ਜੋੜੇ ਜਾਂਦੇ ਆ, ਇਹ
ਸ਼ਬਦਾਂ ਦੀ ਜਿਹੜੀ ਉਤਪਤੀ ਹੁੰਦੀ ਹੈ, ਜੋੜ ਹੁੰਦਾ। ਮਹਾਰਾਜ ਕਹਿੰਦੇ ਨਿਰ ਜੋ ਅੰਜਨ ਤੋਂ ਮਾਇਆ ਤੋਂ ਪਰੇ ਹੈ, ਮਾਇਆ ਉਹਦਾ ਕੁਝ ਕਰ ਨਹੀਂ ਸਕਦੀ, ਵਿਗਾੜ ਨਹੀਂ ਸਕਦੀ। ਅਤੇ ਮਹਾਰਾਜ ਕਹਿੰਦੇ ਤੂੰ ਹਰੀ ਜੋ ਇੱਕੋ ਹੀ ਹੈ, ਜਿਹਤੇ ਮਾਇਆ ਦਾ ਪ੍ਰਭਾਵ ਨਹੀਂ, ਕਲਯੁੱਗ ਦਾ ਪ੍ਰਭਾਵ ਨਹੀਂ, ਸ਼ੈਤਾਨ ਜਿਹਨੂੰ ਬਹਿਕਾ ਨਹੀਂ ਸਕਦਾ, ਸ਼ੈਤਾਨ ਦਾ ਜ਼ੋਰ ਨਹੀਂ ਚੱਲਦਾ ਜਿਹਤੇ। ਮਹਾਰਾਜ ਕਹਿੰਦੇ ਹਰ ਏਕ ਨਿਰੰਜਨ ਗਾਈਆ, ਤੂੰ ਉਹਨੂੰ ਗਾਇਆ ਕਰ, ਉਹਦਾ ਸਿਮਰਨ ਕਰਿਆ ਕਰ। ਕਹਿੰਦਾ ਜੀ ਕਿੱਥੇ ਗਾਵਾਂ ਫਿਰ, ਸਿੱਖ ਸਵਾਲ ਕਰਦਾ, ਕਿੱਥੇ ਬੈਠ ਕੇ, ਕਿਹਦੇ ਕੋਲ? ਮਹਾਰਾਜ ਕਹਿੰਦੇ ਤੇਰੇ ਵਿੱਚ ਵੀ ਆ, ਤੂੰ ਆਪਣੇ ਆਪ ਵਿੱਚ ਆਪਣੇ ਆਪੇ ਨਾਲ ਬੈਠ ਜਾ, ਆਪਣੇ ਆਪੇ ਨਾਲ ਸੰਗਤ ਕਰ ਲੈ। ਇਕੱਲਾ ਵੀ ਜੇ ਤਾਂ ਸੰਗਤ ਹੈ, ਤਾਂ ਸੰਗਤ ਦੀ ਤਾਂ ਗੱਲ ਹੀ ਕੀ ਆ, ਸਾਧ ਸੰਗਤ, ਸੰਗਤ ਤੇ ਕਹਿ ਲਓ ਕਿ ਵਿੱਚ ਸੰਗਤ ਹਰ ਭਰਾ ਵੱਸਿਆ, ਇਹ ਵੀ ਗੱਲ ਆਖੀ ਮਹਾਰਾਜ ਨੇ। ਪਰ ਜੇਕਰ ਦੁਨੀਆਂ ਦੇ ਵਿੱਚ ਕਿਤੇ ਸਿੱਖ ਇਕੱਲਾ ਹੀ ਆ, ਇੱਕ ਹੀ ਰਹਿ ਜਾਏ, ਕੋਈ ਆਲੇ ਦੁਆਲੇ ਸੰਗੀ ਵੀ ਨਹੀਂ, ਫਿਰ ਉਹ ਕਿਹਦੀ ਸੰਗਤ ਕਰੇਗਾ? ਮਹਾਰਾਜ ਕਹਿੰਦੇ ਤੂੰ ਆਪਣੇ ਆਪੇ ਦੀ ਸੰਗਤ ਕਰ ਲੈ, ਤੇਰੇ ਆਪਣੇ ਅੰਦਰ ਵੀ ਬੈਠਾ ਉਹ। ਔਰ ਗੁਰੂ ਕੇ ਸਿੱਖਾਂ ਨੇ ਕੀਤੀ, ਗੁਰੂ ਕੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਭਾਵ, ਇਸ ਤਰ੍ਹਾਂ ਦੀ ਉਪਦੇਸ਼ ਦਿੱਤੇ ਆ। ਕੋਈ ਕਿਸੇ ਪਾਸੇ ਜਾਂਦਾ ਹੈ, ਕੋਈ ਕਿਸੇ ਪਾਸੇ ਜਾਂਦਾ ਹੈ, ਪਰ ਗੁਰੂ ਕਾ ਸਿੱਖ ਉਹਨੂੰ ਜਪਦਾ ਹੈ ਜਿਹੜਾ ਦਿਉਰੇ ਅਤੇ ਮਸੀਤਾਂ ਦੇ ਵਿੱਚ ਵੀ ਹੈ, ਅਤੇ ਦਿਉਰੇ ਅਤੇ ਮਸੀਤਾਂ ਤੋਂ ਬਾਹਰ ਜਿੱਥੇ ਮਰਜ਼ੀ ਬੈਠ ਕੇ ਜਪ ਲਓ, ਉੱਥੇ ਵੀ ਹੈ। ਨਾਮੇ ਸੋਈ ਸੇਵਿਆ, ਜੇ ਦਿਉਰਾ ਨਾ ਮਸੀਤ ਆਖਿਆ ਹੈ। ਤਾਂ ਮਹਾਰਾਜ ਜੀ ਕਹਿੰਦੇ ਹਨ ਸਭ ਅੰਤਰ ਸੋਈ ਉਹ ਸਾਰਿਆਂ ਦੇ ਵਿੱਚ ਹੈ, ਤੇਰੇ ਵਿੱਚ ਵੀ ਹੈ, ਤੂੰ ਉਹਨੂੰ ਆਪਣੇ ਆਪੇ ਨੂੰ ਪਹਿਚਾਣ ਲੈ। ਗੱਲ ਇੰਨੀ ਕਹਿ ਜਿਵੇਂ ਕਬੀਰ ਜੀ ਕਹਿੰਦੇ ਨਿਕਟ ਨੀਰ ਪਸ ਪੀਵਸ ਨਾ ਚਾਹ, ਪਾਣੀ ਤਾਂ ਨੇੜੇ ਹੈ, ਜਿਵੇਂ ਪਾਣੀ ਦੇ ਉੱਤੇ ਕਾਈ ਆ ਜਾਂਦੀ ਹੈ, ਕਾਈ ਇਉਂ ਸਾਡੇ ਆਪਣੇ ਆਪੇ ਦੇ ਜੋ ਸਾਡੇ ਅੰਦਰ ਹੈ ਉਹਦੇ ਉੱਤੇ ਤਿੰਨਾਂ ਗੁਣਾਂ ਦੀ ਰਜ ਤਮ ਸਤ ਦੀ ਕਾਈ ਆਈ ਹੋਈ ਹੈ, ਤਿੰਨਾਂ ਗੁਣਾਂ ਦੀ ਇਕਾਈ ਹੈ, ਕਦੇ ਕਿਸੇ 'ਚ ਫਸ ਜਾਂਦੇ ਕਦੇ ਕਿਸੇ 'ਚ। ਜਦੋਂ ਅਸੀਂ ਤਿੰਨਾਂ ਤੋਂ ਤ੍ਰਿਕੁਟੀ ਸੰਧ ਮੈਂ ਪੇਖਿਆ, ਜਦੋਂ ਤਿੰਨਾਂ ਤੋਂ ਪਾਰ ਹੋ ਜਾਂਦੇ ਹਾਂ, ਕਰਦਾ ਪਾਰ ਕੌਣ ਹੈ? ਗੁਰੂ ਕਰਨ ਵਾਲਾ। ਜਦੋਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਤਾਂ ਫਿਰ ਗੁਰੂ ਕਾ ਸਿੱਖ ਗੁਰੂ ਦਾ ਪੱਲਾ ਫੜ ਕੇ ਅੱਗੇ ਲੰਘਦਾ ਹੈ, ਅਤੇ ਫਿਰ ਤਿੰਨਾਂ ਤੋਂ ਪਾਰ ਚੌਥੇ ਪਦ 'ਤੇ ਪਹੁੰਚਦਾ ਹੈ। ਉੱਥੇ ਜਾ ਕੇ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਉਹ ਮੇਰੇ ਅੰਦਰ ਵੀ ਹੈ। ਉੱਥੇ ਜਾ ਕੇ ਕਹਿੰਦਾ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ, ਸਾਰੰਗ ਪਾਨੀ ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੇ। ਪਰ ਉਹਦੀ ਇਸ ਚੀਜ਼ ਨੂੰ ਕਹਿਣ ਦੇ ਲਈ ਸ਼ੁਰੂਆਤ ਇੱਥੋਂ ਕਰਨੀ ਪਏਗੀ ਵੀ ਤੇਰੇ ਅੰਦਰ ਵੀ ਹੈ। ਪਹਿਲਾਂ ਦਿਖਦਾ ਨਹੀਂ, ਦਿਖਦਾ ਨਹੀਂ ਪਹਿਲਾਂ, ਪਰ ਜਿਉਂ 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 ਗੁਰੂ ਦੇ ਦੱਸੇ ਰਾਹ 'ਤੇ ਚੱਲਦੇ ਜਾਂਦੇ ਹਾਂ, ਫਿਰ ਗੁਰ ਹੈ ਦਿਖਾਇਓ ਲੋਇਣਾ, ਸੁਰਤ ਦੇ ਨੇਤਰਾਂ ਦੇ ਨਾਲ ਮਹਾਰਾਜ ਕਹਿੰਦੇ ਫਿਰ ਗੁਰੂ ਗੁਰੂ ਕੇ ਸਿੱਖ ਨੂੰ ਦਿਖਾ ਦਿੰਦਾ ਹੈ। ਤਾਂ ਪਾਤਸ਼ਾਹ ਜੀ ਆਖ ਰਹੇ ਹਨ, ਕਹਿੰਦੇ ਤੂੰ ਵੀ ਉਹਨੂੰ ਗਾ, ਉਹਦੇ ਨਾਲ ਜੁੜ, ਉਹਦਾ ਸਿਮਰਨ ਕਰ, ਉਹਦੀ ਯਾਦ ਵਿੱਚ ਜੁੜ ਜਾ। ਕਿਹਦੀ? ਕਹਿੰਦੇ ਜਿਹੜਾ ਸਾਰਿਆਂ 'ਚ ਹੈ ਤੇਰੇ 'ਚ ਵੀ ਹੈ। ਦੇਖੋ ਕਿੱਡੀ ਵੱਡੀ ਗੱਲ ਆ ਕਿ ਆਪਣੇ ਆਪੇ ਨਾਲ ਜੁੜ ਜਾਣਾ, ਸਿਮਰਨ ਦੀ ਬਰਕਤ ਦੇ ਨਾਲ ਤੇਰੇ ਆਪਣੇ ਆਪੇ ਨੂੰ ਤੂੰ ਸ਼ੁੱਧ ਕਰ ਸਕਦਾ ਹੈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਮਹਾਰਾਜ ਕਹਿੰਦੇ ਉਹ ਜਿਹਦੀ ਗੱਲ ਕਰ ਰਹੇ ਤੇਰੇ ਅੰਦਰ ਬੈਠਾ ਉਹ ਫਿਰ ਬਹੁਤ ਤਾਕਤ ਵਾਲਾ, ਉਹ ਅਸਮਰੱਥ ਨਹੀਂ ਆ। ਜਿਵੇਂ ਸਿੰਘ ਸਾਹਿਬ ਕਹਿ ਰਹੇ ਸੀ ਨਾ ਕਿ ਅਸਮਰੱਥ ਕਹਿਣਾ ਚਾਹੁੰਦੇ, ਜਾਂ ਮੈਂ ਜਿਹੜੇ ਸ਼ਬਦ ਸਪਸ਼ਟਾਂ ਦੇ ਵਿੱਚ ਕਹਿੰਦੇ ਉਹ ਕਹਿੰਦੇ ਆ ਜੀ ਗੁਰੂ ਤਾਂ ਆਮ ਇਨਸਾਨਾਂ ਵਰਗਾ, ਗੁਰੂ 'ਚ ਤਾਂ ਤਾਕਤੇ ਕੋਈ ਨਹੀਂ, ਇਉਂ ਕਹਿਣਾ ਚਾਹੁੰਦੇ ਸੀ ਉਹ। ਅਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਭੁਲੇਖਾ ਕੱਢ ਦਿਓ, ਫਿਰ ਉਹ ਜੋ ਚਾਹੇ ਕਰ ਸਕਦਾ। ਕਰਨ ਕਾਰਨ ਸਮਰੱਥ ਪ੍ਰਭ, ਮੈਂ ਪਹਿਲੇ ਦਿਨ ਬੇਨਤੀ ਕੀਤੀ ਸੀ ਵੀ ਇਸ ਗੱਲ ਨੂੰ ਭੁਲੇਖੇ 'ਚ ਕਦੇ ਵੀ ਨਾ ਲਿਆਇਓ ਵੀ ਇਤਿਹਾਸ ਗੁਰੂਆਂ ਦਾ ਔਰ ਗੁਰਬਾਣੀ ਦਾ ਜੋ ਫਲਸਫਾ ਹੈ ਇਹ ਕੋਈ ਦੋ ਨੇ। ਗੁਰਬਾਣੀ ਉਹਦਾ ਨਿਰੰਕਾਰ ਦੀ ਗੱਲ ਕਰਦੀ ਹੈ, ਅਤੇ ਜਿਹੜਾ ਇਤਿਹਾਸ ਆ ਉਹਦਾ ਕਰਤਾਰੀ ਬਿੰਬ ਆ, ਉਹਨੇ ਕਰਕੇ ਦਿਖਾਇਆ ਵੀ ਇਉਂ ਹੋ ਜਾਂਦਾ ਵਿਚਾਰ ਨੂੰ। ਗੁਰਬਾਣੀ ਉਹ ਵਿਚਾਰਧਾਰਾ ਵੀ ਇਉਂ ਹੈ, ਉਹ ਫਲਸਫਾ ਹੈ, ਅਤੇ ਇਤਿਹਾਸ
ਉਹ ਹੈ ਜਿਨ੍ਹਾਂ ਨੇ ਗੁਰਬਾਣੀ ਉੱਤੇ ਚੱਲ ਕੇ ਫਿਰ ਜੋ ਕੁਝ ਰਚਿਆ ਉਹ ਹੋਇਆ। ਗੁਰਬਾਣੀ ਉੱਤੇ ਚੱਲਣ ਵਾਲਿਆਂ ਦਾ ਉਹ ਇਤਿਹਾਸ ਹੈ ਅਤੇ ਗੁਰੂਆਂ ਦਾ ਇਤਿਹਾਸ ਹੈ। ਅਤੇ ਮਹਾਰਾਜ ਕਹਿੰਦੇ ਨੇ ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ, ਕਰਨ ਦੁਨੀਆ ਕੀਤਾ ਹੋਇਆ, ਕਾਰਨ ਉਹਦਾ ਸਬੱਬ। ਕਹਿੰਦੇ ਉਸ ਦੁਨੀਆ ਅਤੇ ਦੁਨੀਆ ਨੂੰ ਬਣਾਉਣ ਦੀ ਤਾਕਤ ਉਹਦੇ ਵਿੱਚ ਹੈ ਅਤੇ ਉਹ ਜੋ ਚਾਹੇ ਉਹ ਕਰ ਸਕਦਾ, ਉਹ ਤੋਂ ਬਾਹਰ ਕੁਛ ਨਹੀਂ। ਇਤਿਹਾਸ ਗਵਾਹੀ ਦਿੰਦਾ। ਜਿਸ ਵੇਲੇ ਗੁਰੂ ਕਲਗੀਧਰ ਮਹਾਰਾਜ ਜੀ ਰਾਜਪੂਤਾਨੇ ਵੱਲ ਗਏ, ਬਘੌਰ ਵੱਲ, ਬਿਭੌਰ ਨਹੀਂ ਬਘੌਰ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਦਸ਼ਮੇਸ਼ ਪਿਤਾ ਜੀ ਨੂੰ ਇੱਕ ਖਬਰ ਮਿਲੀ ਕਿ ਔਰੰਗਜ਼ੇਬ ਮਰ ਗਿਆ, ਚੱਲ ਵਸਿਆ। ਅਤੇ ਔਰੰਗਜ਼ੇਬ ਦੇ ਦੋ ਪੁੱਤਰ ਸੀ ਜਿਹੜੇ ਉਸ ਸਮੇਂ ਤਾਕਤ ਵਿੱਚ ਸਨ, ਇੱਕ ਸ਼ਾਹ ਮੁਅੱਜਮ, ਇੱਕ ਤਾਰਾਜਮ। ਸ਼ਾਹ ਮੁਅੱਜਮ ਹੀ ਬਹਾਦਰ ਸ਼ਾਹ ਬਣਿਆ ਬਾਅਦ ਵਿੱਚ, ਤਖ਼ਤ 'ਤੇ ਬੈਠਾ ਜਦੋਂ ਆਗਰੇ ਵਿੱਚ ਉਹਦੀ ਤਾਜਪੋਸ਼ੀ ਹੋਈ। ਜਦੋਂ ਔਰੰਗਜ਼ੇਬ ਮਰਿਆ ਨਾ ਅਤੇ ਤਾਰਾ ਆਜਮ ਕੋਲ ਸੀ, ਹਾਲਾਂਕਿ ਛੋਟਾ ਸੀ, ਤਖ਼ਤ ਦੀ ਜਿਹੜੀ ਮਲਕੀਅਤ ਸੀ, ਮਾਲਕ ਸੀ, ਉਹਦਾ ਹੱਕਦਾਰ ਸੀ ਸ਼ਾਹ ਮੁਅੱਜਮ ਸੀ, ਬਹਾਦਰ ਸ਼ਾਹ ਸੀ, ਪਰ ਧੱਕੇ ਨਾਲ ਤਖ਼ਤ 'ਤੇ ਕਬਜ਼ਾ ਕਰ ਲਿਆ ਤਾਰਾ ਆਜਮ ਨੇ। ਆਪਣੇ ਭਰਾ ਨੂੰ ਹੁਣ ਸ਼ਾਹ ਮੁਅੱਜਮ ਨੂੰ ਮਾਰਨ ਦੀਆਂ ਸਕੀਮਾਂ ਸੋਚਦਾ, ਵੀ ਵੱਡਾ ਨਹੀਂ ਤਾਂ ਤਖ਼ਤ ਦੀ ਗੱਲ ਕਰੇਗਾ, ਇੱਛਾ ਜ਼ਾਹਰ ਕਰੇਗਾ, ਮੈਂ ਮਰਵਾ ਦੇਵਾਂ। ਅਤੇ ਸ਼ਾਹ ਮੁਅੱਜਮ ਨੇ ਆਪਣੇ ਸਾਥੀ ਇਕੱਠੇ ਕੀਤੇ ਬਾਹਰ ਸੀ ਕਿਤੇ, ਅਤੇ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਵੀ ਕੋਈ ਰਾਹ ਦੱਸੋ, ਮੈਂ ਕਿਵੇਂ ਮੇਰਾ ਬਚਾਅ ਹੋ ਸਕਦਾ। ਉਹਨਾਂ ਸਾਥੀਆਂ ਦੇ ਵਿੱਚੋਂ ਇੱਕ ਗੁਰੂ ਕਾ ਪਿਆਰਾ ਭਾਈ ਨੰਦ ਲਾਲ ਵੀ ਸਾਥੀ ਸੀ ਉਹਦਾ, ਮੀਰ ਮੁਨਸ਼ੀ ਸੀ। ਸਾਡੇ ਇਤਿਹਾਸ ਵਿੱਚ ਸ਼੍ਰੀ ਗੁਰਪ੍ਰਤਾਪ ਵਿੱਚ ਉਹ ਜ਼ਿਕਰ ਆਉਂਦਾ, ਕਦੇ ਪੜ੍ਹ ਕੇ ਵੇਖਿਆ ਜੇ। ਅੱਜ ਕੱਲ੍ਹ ਤਾਂ ਕੋਈ ਇੱਕ ਪੰਕਤੀ ਜੀ ਲੈ ਕੇ ਉਹ ਵੀ ਗੱਲਾਂ ਕਰਨ ਲੱਗ ਪਏ ਜਿਨ੍ਹਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ। ਇੱਕ ਚੀਜ਼ ਨੂੰ ਲੈ ਲਿਆ, ਉਹਨੂੰ ਫਿਰ ਹੋਰ ਤਰੀਕੇ ਨਾਲ ਪੇਸ਼ ਕਰ ਦਿੱਤਾ ਜਾ, ਅਤੇ ਪੂਰਾ ਪੜ੍ਹੋ ਉਹਨੂੰ, ਤਰੀਕੇ ਨਾਲ ਪੜ੍ਹੋ, ਅਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਲੱਭ ਵੀ ਜਾਣਗੀਆਂ ਜੇ ਲੱਭਾਂਗੇ ਅਸੀਂ ਤਰੀਕੇ ਨਾਲ। ਉਹਦੇ ਵਿੱਚ ਲਿਖਿਆ ਐਸਾ ਹੈ ਕਿ ਭਾਈ ਨੰਦ ਲਾਲ ਵੀ ਵਿੱਚ ਬੈਠੇ ਸਨ, ਅਤੇ ਭਾਈ ਨੰਦ ਲਾਲ ਸਾਹਿਬ ਨੂੰ ਜਦੋਂ ਉਹਨੇ ਬਹਾਦਰ ਸ਼ਾਹ ਨੇ, ਸ਼ਾਹ ਮੁਅੱਜਮ ਨੇ ਆਖਿਆ ਨਾ ਮੇਰਾ ਕੋਈ ਹੀਲਾ, ਅਤੇ ਉਹ ਕਹਿਣ ਲੱਗੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਹੀਲਾ ਤਾਂ ਇਹੀ ਹੈ ਫਿਰ ਜਿਹਦੇ ਕੋਲ ਮੈਨੂੰ ਤੋਰਿਆ ਸੀ ਜਦੋਂ ਤੇਰਾ ਪਿਓ ਮੈਨੂੰ ਮੁਸਲਮਾਨ ਬਣਾਉਣ ਲੱਗਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ, ਤੂੰ ਵੀ ਉਹਦੀ ਸ਼ਰਨ ਚੱਲ ਪਏ। ਉਹ ਕਹਿੰਦਾ ਜੀ ਮੈਂ ਫਿਰ ਤੁਸੀਂ ਮੇਰੇ ਵੱਲੋਂ ਜਾਓ, ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹੁੰਦਾ, ਕਰਨ ਕਾਰਨ ਸਮਰੱਥ ਪ੍ਰਭ ਕਿਵੇਂ ਸਮਰੱਥ ਹੈ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਭੇਜਿਆ ਭਾਈ ਨੰਦ ਲਾਲ ਜੀ ਨੂੰ। ਭਾਈ ਨੰਦ ਲਾਲ ਨੇ ਜਾ ਕੇ ਅੰਦਰ ਦੀ ਜਿਹੜੀ ਬਾਦਸ਼ਾਹ ਦੇ ਪੁੱਤਰ ਦੀ ਪੀੜਾ ਸੀ ਨਾ, ਉਹ ਦੱਸੀ। ਮਹਾਰਾਜ ਤਖ਼ਤ ਦਾ ਮਾਲਕ ਤਾਂ ਇਹਨੇ ਬਣਨਾ ਸੀ ਪਰ ਧੱਕੇ ਨਾਲ ਬਣ ਗਿਆ। 22 ਲੱਖ ਫੌਜ 'ਚੋਂ ਔਰੰਗਜ਼ੇਬ ਦੀ ਲਗਭਗ ਥੋੜ੍ਹੀ ਜਿਹੀ ਨੂੰ ਛੱਡ ਕੇ ਕੋਈ 10-20 ਹਜ਼ਾਰ ਜਿਹੜੀ ਇਹਦੇ ਕੋਲ ਸੀ ਸ਼ਾਹ ਮੁਅੱਜਮ ਦੀ, ਬਾਕੀ ਦੀ ਸਾਰੀ ਫੌਜ ਤਾਰਾ ਆਜਮ ਕੋਲ ਹੈ। 50,000 ਛੋਟੀਆਂ ਤੋਪਾਂ, ਵੱਡੀਆਂ 10,000 ਕਿਲਿਆਂ ਨੂੰ ਭੰਨਣ ਵਾਲੀਆਂ ਉਹਦੇ ਕੋਲ ਨੇ, ਅਤੇ ਤੁਸੀਂ ਦੱਸੋ ਕੀ ਬਣੇਗਾ। ਗੁਰੂ ਕਲਗੀਧਰ ਮਹਾਰਾਜ ਜੀ ਚੁੱਪ ਕਰਕੇ ਸੋਚਦਿਆਂ ਸੋਚਦਿਆਂ ਕਹਿਣ ਲੱਗੇ, ਕਹਿੰਦੇ ਬਾਦਸ਼ਾਹ ਅਤੇ ਬਹਾਦਰ ਸ਼ਾਹ ਬਣ ਜਾਏਗਾ, ਕਿੱਡੀ ਵੱਡੀ ਗੱਲ। ਕਹਿੰਦੇ ਇਹਨੂੰ ਤਖ਼ਤ ਮਿਲ ਜਾਏਗਾ, ਇਹ ਬਾਦਸ਼ਾਹ ਬਣੇਗਾ। ਅਤੇ ਭਾਈ ਨੰਦ ਲਾਲ ਨੇ ਜਿਸ ਵੇਲੇ ਵਾਪਸ ਆ ਕੇ ਨਾ ਸ਼ਾਹ ਮੁਅੱਜਮ ਨੂੰ ਗੱਲ ਆਖੀ ਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਤਖ਼ਤ ਤੈਨੂੰ ਮਿਲੇਗਾ। ਅੱਗੋਂ ਸ਼ਾਹ ਮੁਅੱਜਮ ਨੇ ਜਿਹੜੀ ਗੱਲ ਆਖੀ, ਕਹਿੰਦਾ ਇੱਦਾਂ ਕਿੱਦਾਂ ਮਿਲ ਜਾਏਗਾ, ਮੇਰੇ ਕੋਲ ਫੌਜ ਨਹੀਂ, ਮੇਰੇ ਕੋਲ ਤਾਕਤ ਨਹੀਂ, ਮੇਰੇ ਕੋਲ ਸਾਧਨ ਨਹੀਂ, ਗੁਰੂ ਗੋਬਿੰਦ ਸਿੰਘ ਕਹਿੰਦੇ ਆ ਵੀ ਤਖ਼ਤ ਤੈਨੂੰ ਮਿਲੂਗਾ, ਮੈਨੂੰ ਕੋਈ ਰਾਹ ਨਹੀਂ ਲੱਭਦਾ, ਕਿਵੇਂ ਮਿਲ ਸਕਦਾ ਹੈ, ਮੇਰੇ ਕੋਲ ਕੋਈ ਫੌਜ ਤਾਕਤ ਨਹੀਂ। ਹੁਣ ਸੁਣਿਓ ਭਾਈ ਨੰਦ ਲਾਲ ਦਾ ਨਿਸ਼ਚਾ। ਭਾਈ ਨੰਦ ਲਾਲ ਨੇ ਬਹਾਦਰ ਸ਼ਾਹ ਜੋ ਸ਼ਾਹ ਮੁਅੱਜਮ ਉਹਨੂੰ ਕਿਹਾ, ਕਹਿਣ ਲੱਗਾ ਗੱਲ ਸੁਣ, ਉਹ ਗੁਰੂ ਗੋਬਿੰਦ ਸਿੰਘ ਹੈ, ਉਹਨਾਂ ਨੇ ਜਿਹੜਾ ਬਚਨ ਕਰਤਾ, ਉਹਨਾਂ ਦਾ ਬਚਨ ਲੱਖਾਂ ਕਰੋੜਾਂ ਫੌਜਾਂ ਤੋਂ ਕਿਤੇ ਉੱਤੇ ਹੈ। ਉਹਨਾਂ ਨੇ ਜਿਹੜਾ ਬਚਨ ਕਰਤਾ, ਸਭ ਫੌਜਾਂ, ਸਭ ਤਾਕਤਾਂ, ਸਭ ਸ਼ਕਤੀਆਂ ਉਹਨਾਂ ਦੇ ਬਚਨ 'ਚ ਵਿਚਰਦੀਆਂ ਨੇ, ਸਭ ਕੁਝ ਹੈ, ਅਤੇ ਕਰ ਸਕਦੇ ਆ ਕਿਉਂ ਨਹੀਂ। ਅਤੇ ਫਿਰ
ਤਾਰਾ ਜਮ ਮਾਰ ਕੇ ਤੀਰ ਮੈਦਾਨੇ ਜੰਗ ਵਿੱਚ ਮਾਰਿਆ ਅਤੇ 12-13 ਹੋਰ ਸੀ ਉਹਦੇ ਸਾਥੀ, ਉਹ ਮਾਰੇ ਅਤੇ 5 ਮਿੰਟਾਂ 'ਚ ਤਖ਼ਤ ਬਦਲ ਕੇ ਰੱਖ ਦਿੱਤਾ। ਤਾਰਾ ਜਮ ਮਿੱਟੀ 'ਚ ਰਲ ਗਿਆ ਅਤੇ ਸ਼ਾਹ ਮੁਅੱਜ਼ਮ ਤਖ਼ਤ 'ਤੇ ਬੈਠਾ। ਐਵੇਂ ਤਾਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦਾ ਸੀ, ਉਹ ਵੱਖਰੀ ਗੱਲ ਹੈ। ਸਾਡੇ ਵਿੱਚੋਂ ਇਹ ਗੱਲ ਖਤਮ ਕੀਤੀ ਜਾ ਰਹੀ ਹੈ ਵੀ ਤੁਸੀਂ ਗੁਰੂ ਨੂੰ ਆਮ ਮੰਨਣ ਲੱਗ ਜਾਓ, ਪਰ ਜਿਨ੍ਹਾਂ ਨੇ ਗੁਰੂ ਨੂੰ ਨੇੜੇ ਹੋ ਕੇ ਤੱਕਿਆ ਉਹਨਾਂ ਆਮ ਨਹੀਂ ਮੰਨਿਆ ਫਿਰ ਉਹਨਾਂ ਨੇ। ਕਿਉਂ? ਤੁਹਾਨੂੰ ਮੈਂ ਦੱਸ ਦੇਵਾਂ ਸ਼ਾਹ ਮੁਅੱਜ਼ਮ ਦੀ। ਜਦੋਂ ਇਹਦੀ ਤਾਜਪੋਸ਼ੀ ਹੋਈ ਨਾ ਆਗਰੇ ਦੇ ਵਿੱਚ, ਹੋਰ ਵੀ ਇਹਨੇ ਬਹੁਤ ਸਾਰੇ ਆਪਣੇ ਬੰਦੇ ਸੱਦੇ, ਉਹਨਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਿਸ਼ੇਸ਼ ਇਹਨੇ ਸਤਿਸੰਗ ਜੀ ਸੱਦਾ ਭੇਜਿਆ ਕਿ ਗੁਰੂ ਜੀ ਮੇਰੀ ਤਾਜਪੋਸ਼ੀ 'ਤੇ ਜ਼ਰੂਰ ਆਇਓ। ਅਤੇ ਕਲਗੀਧਰ ਮਹਾਰਾਜ ਜੀ ਗਏ, ਜਦੋਂ ਗਏ ਜਿੱਥੇ ਸਭਾ ਲੱਗੀ ਸੀ, ਘੋੜੇ 'ਤੇ ਚੜ੍ਹ ਕੇ ਮਹਾਰਾਜ ਗਏ। ਅੱਗੇ ਜਾ ਕੇ ਬਹਾਦਰ ਸ਼ਾਹ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆਪ ਅੱਗੇ ਹੱਥ ਦਿੱਤਾ ਅਤੇ ਥੱਲੇ ਉਤਾਰਿਆ ਅਤੇ ਮਹਾਰਾਜ ਨੂੰ ਬੜੇ ਸਤਿਕਾਰ ਨਾਲ ਲੈ ਕੇ ਗਿਆ ਅਤੇ ਉੱਚੇ ਤਖ਼ਤ 'ਤੇ ਬਿਠਾਇਆ। ਉੱਚੇ ਤਖ਼ਤ 'ਤੇ ਬਿਠਾ ਕੇ ਮਹਾਰਾਜ ਜੀ ਨੂੰ ਉਹਨੇ ਜਿੱਥੇ ਬਹੁਤ ਕੀਮਤੀ ਹੀਰੇ ਜਵਾਹਰਾਤ ਭੇਟ ਕੀਤੇ, ਉੱਥੇ ਇੱਕ ਚੀਜ਼ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੋਰ ਭੇਟ ਕੀਤੀ ਸੀ, ਉਹਦਾ ਨਾਮ ਹੈ ਸੈਫ। ਇਹ ਇੱਕ ਐਸਾ ਸ਼ਸਤਰ ਸੀ ਉਹਨਾਂ ਦੇ ਖਜ਼ਾਨੇ ਦਾ, ਤੋਸ਼ੇਖਾਨੇ ਦਾ, ਜਿਹੜਾ ਔਰੰਗਜ਼ੇਬ ਨੂੰ ਮੱਕੇ 'ਚੋਂ ਮਿਲਿਆ ਸੀ, ਜਿਹਦੇ ਉੱਤੇ ਅਰਬੀ ਭਾਸ਼ਾ ਵਿੱਚ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਸੀ। ਅਤੇ ਉਹ ਹੈ ਕਿਹਦਾ ਸੀ? ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫਾਤਿਮਾ ਦੇ ਪਤੀ ਹਜ਼ਰਤ ਅਲੀ ਦਾ ਸ਼ਸਤਰ ਸੀ। ਹਸਨ ਅਤੇ ਹੁਸੈਨ ਉਹਦੇ ਪੁੱਤਰਾਂ ਨੇ ਵੀ ਜੰਗ 'ਚ ਵਰਤਿਆ ਸੀ, ਸ਼ਹਾਦਤ ਤੋਂ ਬਾਅਦ ਮੱਕੇ 'ਚ ਰੱਖਿਆ ਗਿਆ ਸੀ। ਅਤੇ ਮੱਕੇ ਲੋਕ ਜਦੋਂ ਹੱਜ ਕਰਨ ਜਾਂਦੇ ਸੀ ਅਤੇ ਉਹਦੇ ਦਰਸ਼ਨ ਕਰਦੇ ਸੀ। ਅਤੇ ਔਰੰਗਜ਼ੇਬ ਜਦੋਂ ਮੱਕੇ ਵਿੱਚ ਗਿਆ ਸੀ, ਮੱਕੇ ਦੇ ਖਲੀਫਿਆਂ ਨੇ ਇਸ ਕਰਕੇ ਔਰੰਗਜ਼ੇਬ ਨੂੰ ਦਿੱਤਾ ਸੀ ਕਿ ਇਹਨੇ ਦੀਨੇ ਇਸਲਾਮ ਦਾ ਬਹੁਤ ਵੱਡਾ ਪ੍ਰਚਾਰ ਕੀਤਾ, ਜਿੱਦਾਂ ਕੀਤਾ ਤੁਸੀਂ ਸਾਰੇ ਜਾਣਦੇ ਹੀ ਹੋ। ਪਰ ਉਹਨਾਂ ਨੇ ਇਸ ਲਈ ਦਿੱਤਾ ਕਿ ਪੈਗੰਬਰੀ ਸ਼ਸਤਰ ਦਿੱਤਾ, ਇਹਨੇ ਇਸਲਾਮ ਦਾ ਬਹੁਤ ਵੱਡਾ ਪ੍ਰਚਾਰ ਕੀਤਾ, ਆਪਣੇ ਨਾਲ ਭਾਰਤ ਲੈ ਆਇਆ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ, ਉਸ ਬਹਾਦਰ ਸ਼ਾਹ ਨੇ ਆਖਿਆ ਮੇਰੇ ਖਜ਼ਾਨੇ ਵਿੱਚ ਸਭ ਤੋਂ ਕੀਮਤੀ ਚੀਜ਼ ਇਹ ਸੈਫ ਹੈ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕੀਤਾ ਉਹਨੇ, ਅਤੇ ਨਾਲ ਬਚਨ ਪਤਾ ਕੀ ਕੀਤੇ? ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਹ ਸਾਡੇ ਪੈਗੰਬਰ ਦਾ ਸ਼ਸਤਰ ਹੈ ਅਤੇ ਮੈਂ ਤੁਹਾਨੂੰ ਭੇਟ ਕਰਦਾ। ਕਿਉਂ? ਕਿਉਂਕਿ ਮੇਰੀ ਨਜ਼ਰੇ ਦੁਨੀਆ 'ਚ ਤੁਹਾਡੇ ਤੋਂ ਵੱਡਾ ਪੈਗੰਬਰ ਹੋਏ। ਅਤੇ ਉਹ ਸੈਫ ਜੇ ਕਦੇ ਜਾਓ ਅਨੰਦਪੁਰ ਸਾਹਿਬ, ਅੱਜ ਵੀ ਪਿਆ, ਦਰਸ਼ਨ ਕਰਾਈਦੇ ਆ ਹਰ ਐਤਵਾਰ ਨੂੰ, ਹਰ ਰੋਜ਼ ਸ਼ਾਮ ਨੂੰ। ਜਿਨ੍ਹਾਂ ਨੂੰ ਸਮਝ ਪੈ ਜਾਂਦੀ, ਭਾਈ ਨੰਦ ਲਾਲ ਦੀ ਨਜ਼ਰ ਕਦੇ ਤੱਕੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ, ਉਹ ਤਾਂ ਕਹਿੰਦੇ ਦੁਨੀਆ ਦੇ ਲੋਕੋ, ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਰੱਬ ਧਰਤੀ 'ਤੇ ਤੁਰਿਆ ਫਿਰਦਾ। ਉਹ ਲਿਖਦੇ ਆ, ਦਰਦ ਹਾਨੇ ਮਰਦਾਨੇ ਖੁਦਾ ਆਮਦੰਦ, ਪਰ ਗੁੰਮਸ਼ੁਦਗਾਂ ਰਾਹ ਨੂੰ ਆਮਦੰਦ, ਗੋਇਆ ਅਗਰ ਈ ਚਸ਼ਮੇ ਤੋਂ ਮੁਸ਼ਤਕ ਕੇ ਖੁਦਸਤ। ਭਾਈ ਨੰਦ ਲਾਲ ਜੀ ਕਹਿੰਦੇ ਦੁਨੀਆ ਦੇ ਵਿੱਚ ਖੁਦਾ ਦਾ ਬੰਦਾ ਆਇਆ, ਕੀ ਕਰਨ ਆਇਆ? ਕਹਿੰਦੇ ਬਰ ਗੁੰਮਸ਼ੁਦਗਾਂ ਰਾਹ ਨੂੰ ਆਮਦੰਦ, ਭੁੱਲੇ ਹੋਏ ਲੋਕਾਂ ਨੂੰ ਰਾਹ ਦਿਖਾਉਣ ਲਈ ਆਇਆ। ਅਤੇ ਨਾਲੇ ਕਹਿ ਦਿੱਤਾ, ਐ ਸ਼ਾਇਰ ਜੇ ਤੈਨੂੰ ਇਹਨਾਂ ਅੱਖਾਂ ਦੇ ਨਾਲ ਰੱਬ ਨੂੰ ਵੇਖਣ ਦੀ ਚਾਹਨਾ ਹੈ ਤਾਂ ਫਿਰ ਕਿਹੜੇ ਰੱਬ ਨੂੰ ਦੇਖਦਾ ਫਿਰਦਾ? ਮਰਦਾਨੇ ਖੁਦਾ, ਖੁਦਾ ਨੂੰ ਆਮਦੰਦ, ਇਹ ਖੁਦਾ ਦਾ ਬੰਦਾ ਖੁਦ ਖੁਦਾ ਹੀ ਤਾਂ ਆਇਆ ਜਿਨ੍ਹਾਂ ਨੇ ਨੇੜੇ ਹੋ ਕੇ ਦੇਖਿਆ। ਸੈਦ ਖਾਨ ਦਾ ਇਤਿਹਾਸ ਤਾਂ ਪੜ੍ਹਦੇ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਲੜਨ ਲਈ ਆਇਆ, ਲਲਕਾਰੇ ਮਾਰਦਾ ਆਇਆ, ਕਹਿੰਦਾ ਜੀ ਤਾਕਤ ਹੈ ਅਤੇ ਮੇਰੇ ਸਾਹਮਣੇ ਆਓ ਤੁਸੀਂ। ਅਤੇ ਮਹਾਰਾਜ ਨੂੰ ਜਦੋਂ ਤੱਕਿਆ, ਸ਼ਸਤਰ ਸੁੱਟ ਦਿੱਤੇ ਅਤੇ ਜਿਹੜੀ ਉਹਨੇ ਸ਼ਬਦ ਵਰਤੇ ਉਹ ਇਤਿਹਾਸ 'ਚ ਸਾਹਮਣੇ ਪਏ ਆ। ਉਹਨੇ ਇਹ ਗੱਲ ਆਖੀ, ਜਦੋਂ ਸ਼ਸਤਰ ਸੁੱਟੇ ਨਾ, ਉਹਦੇ ਸਾਥੀਆਂ ਨੇ ਆਖਿਆ ਉਹ ਐਡਾ ਵੱਡਾ ਤੂੰ ਯੋਧਾ, ਤੂੰ ਸ਼ਸਤਰ ਸੁੱਟ ਰਿਹਾ, ਇਹਨਾਂ ਨਾਲ ਜੰਗ ਕਿਉਂ ਨਹੀਂ ਕਰਦਾ, ਲੜ। ਉਹਨੇ ਆਖਿਆ ਇਹਨਾਂ ਨਾਲ ਕੋਈ ਨਹੀਂ ਲੜ ਸਕਦਾ, ਇਹ ਆਮ ਇਨਸਾਨ ਨਹੀਂ ਹੈ। ਉਹਨੇ ਜਿਹੜੀ ਫਿਰ ਗੱਲ ਬਾਤ ਕਹੀ ਉਹ ਫਾਰਸੀ ਭਾਸ਼ਾ 'ਚ ਸਾਡੇ ਇਤਿਹਾਸ 'ਚ ਸਾਹਮੀ ਪਈ। ਉਹ ਕਹਿੰਦਾ ਦੁਨੀਆ ਦੇ ਲੋਕੋ, ਐ ਮੇਰੇ ਸਾਥੀਓ, ਤੁਸੀਂ ਇਹ ਗੱਲ ਨੂੰ ਯਾਦ ਰੱਖ ਲਓ, ਇਹ ਆਮ ਬੰਦਾ ਨਹੀਂ, ਇਹ ਕੌਣ ਹੈ? ਕਹਿੰਦਾ ਇਹ ਰੱਬ ਆ ਰਿਹਾ ਧਰਤੀ ਦੇ ਉੱਤੇ। ਉਹ ਕਹਿੰਦਾ ਇਸ ਧਰਤੀ ਦੇ ਉੱਤੇ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਖੁਦ ਰੱਬ ਆਇਆ, ਅਤੇ ਜੋ ਚਾਹਣ ਉਹ ਕਰ ਸਕਦੇ ਆ। ਖੁਦਾ ਆਇਦ
ਜਿਹੜੇ ਉਹਨੇ ਸ਼ਬਦ ਆਖੇ, ਖੁਦਾ ਆਇਦ ਜਾਂ ਆਇਦ ਖੁਦਾ ਬੰਦਾ, ਖੁਦਾ ਆਇਆ ਜਾਂ ਖੁਦਾ ਦਾ ਹੀ ਬੰਦਾ, ਖੁਦ ਖੁਦਾ ਬੰਦੇ ਦਾ ਰੂਪ ਧਾਰ ਕੇ ਆ ਗਿਆ। ਖੁਦਾ ਆਇਦ ਕਿ ਆਇਦ ਖੁਦਾ ਬੰਦਾ, ਹਕੀਕਤ ਦਰ ਮਿਜ਼ਾਜ ਆਇਦ ਕਿ ਮੁਰਦਾਰਾ ਕੁਨਦ ਜ਼ਿੰਦਾ। ਕਹਿੰਦੇ ਧਰਤੀ ਦੇ ਉੱਤੇ ਲੱਗਦਾ ਹੈ ਮੁਰਦਿਆਂ ਨੂੰ ਜ਼ਿੰਦਗੀ ਦੇਣ ਦੇ ਲਈ ਖੁਦ ਹਕੀਕਤ ਨੇ, ਹੱਕ ਨੇ, ਸੱਚ ਨੇ ਮਰਦਾਨਾ ਵੇਖ ਧਾਰ ਲਿਆ ਹੋਵੇ। ਅਤੇ ਜਿਹੜਾ ਇੰਨੀਆਂ ਤਾਕਤਾਂ ਦਾ ਮਾਲਕ ਹੋਵੇ, ਜਿਹੜਾ ਭਗਤ ਨਾਮਦੇਵ ਦੇ ਸਾਹਮਣੇ ਖੜ ਜਾਏ ਅਤੇ ਆਖ ਦੇਵੇ ਕਹੋ ਤਾਂ ਧਰਨੇ ਕੋਡੀ ਕਰੋ, ਤੂੰ ਮੈਨੂੰ ਕਹਿ ਦਵੇਂ ਨਾਮਦੇਵ ਮੈਂ ਧਰਤੀ ਪੁੱਠੀ ਮਾਰ ਦੇਵਾਂ, ਕਹੋ ਤਾਂ ਲੇਕਰ ਉੱਪਰ ਧਰੋ, ਤੂੰ ਕਹੇ ਤਾਂ ਧਰਤੀ ਨੂੰ ਅਸਮਾਨ 'ਚ ਟੰਗ ਦੇਵਾਂ, ਕਹੋ ਤਾਂ ਮੂਈ ਗਊ ਦਿਉਂ ਜਵਾਏ, ਜੇ ਤੂੰ ਮੈਨੂੰ ਕਹਿ ਦਵੇਂ ਤਾਂ ਮਰੀ ਹੋਈ ਗਾਂ ਜਿੰਦਾ ਕਰ ਦੇਵਾਂ। ਬਾਣੀ ਚਾਹੁੰਦਾ ਗੁਰੂ ਗ੍ਰੰਥ ਸਾਹਿਬ, ਸਭ ਕੋ ਦੇਖੇ ਪਤਿਆਏ, ਸਾਰੇ ਵੇਖ ਲੈਣਗੇ ਤੇਰੇ ਰੱਬ ਦੀ ਤਾਕਤ ਕੀ ਹੈ। ਅਤੇ ਜੇ ਫਿਰ ਇੰਨਾ ਕੁਝ ਸਾਨੂੰ ਸਾਡਾ ਇਤਿਹਾਸ, ਸਾਡਾ ਫਲਸਫਾ, ਸਾਡੀ ਬਾਣੀ ਕਹਿੰਦੀ ਹੋਵੇ ਅਤੇ ਫਿਰ ਵੀ ਸਾਨੂੰ ਯਕੀਨ ਨਾ ਬਣੇ, ਫਿਰ ਸਾਡੀ ਕਮਜ਼ੋਰੀ ਕਿਤੇ ਨਾ ਕਿਤੇ ਸਾਨੂੰ ਭਾਂਪਣੀ ਚਾਹੀਦੀ ਹੈ, ਸਵੈਂ ਪੜਚੋਲ ਦੀ ਲੋੜ ਹੈ। ਪਰ ਮਹਾਰਾਜ ਤਾਂ ਕਹਿੰਦੇ ਕਰਨ ਕਾਰਨ ਸਮਰੱਥ, ਪ੍ਰਭ ਜੋ ਕਰੇ ਸੋ ਹੋਈ। ਬਹਾਦਰ ਸ਼ਾਹ ਨੂੰ ਕਹਿੰਦੇ ਉਹਨਾਂ ਜੋ ਚਾਹੁਣ ਕਰ ਸਕਦੇ ਆ, ਭਾਈ ਨੰਦ ਲਾਲ ਜੀ ਕਹਿੰਦੇ। ਅਤੇ ਸਾਨੂੰ ਵੀ ਐਸਾ ਹੀ ਯਕੀਨ ਆਪਣੇ ਰੱਬ 'ਤੇ, ਆਪਣੇ ਗੁਰੂ 'ਤੇ ਚਾਹੀਦਾ। ਅਸੀਂ ਤਾਂ ਨਿਗੁਣੀਆਂ ਜਿਹੀਆਂ ਚੀਜ਼ਾਂ ਦੇ ਨਾਲ ਆਪਣੇ ਗੁਰੂ ਨੂੰ ਮਾਪਣ ਲੱਗ ਜਾਂਦੇ, ਮੇਰਾ ਆਹ ਕੰਮ ਨਾ ਹੋਇਆ, ਇਹ ਕੰਮ ਨਾ ਹੋਇਆ ਤਾਂ ਮੈਂ ਨਹੀਂ ਅੱਗੇ ਤੋਂ ਬਾਣੀ ਪੜ੍ਹਨੀ, ਮੈਂ ਨਹੀਂ ਜਪਜੀ ਸਾਹਿਬ ਕਰਨਾ, ਮੈਂ ਨਾ। ਗੁਰੂ ਪਾਤਸ਼ਾਹ ਦੇ ਅੱਗੇ ਭਾਵਨਾ ਚਾਹੀਦੀ ਕਿ ਮੇਰੇ ਮਾਲਕ ਜਿੱਥੇ ਤੁਸੀਂ ਰੱਖ ਲਓਗੇ ਮੈਂ ਉੱਥੇ ਰਹਿਣ ਨੂੰ ਤਿਆਰ, ਕਿਉਂਕਿ ਤੁਸੀਂ ਮੈਨੂੰ ਉੱਥੇ ਹੀ ਰੱਖਣਾ ਜੋ ਮੇਰੇ ਲਈ ਬਿਹਤਰ ਹੋਏਗਾ, ਜੋ ਮੇਰੇ ਲਈ ਚੰਗਾ ਹੋਏਗਾ। ਫਿਰ ਸ਼ਰਧਾ ਬਣੇਗੀ। ਇਹ ਆਪਣੀਆਂ ਬੱਚਿਆਂ ਦੇ ਤਰ੍ਹਾਂ ਮੰਗੀ ਜਾਵਾਂਗੇ, ਹਾਲਾਂਕਿ ਉਹਦੇ ਘਰ ਕੋਈ ਤੋਟ ਨਹੀਂ, ਪਰ ਕਈ ਚੀਜ਼ਾਂ ਸਾਡੇ ਲਈ ਨੁਕਸਾਨਦੇਹ ਹੁੰਦੀਆਂ। ਬਾਣੀ ਕਹਿੰਦੀ ਬਾਲਕ ਵਾਂਗੀ ਹੁਣ ਸਭ ਕੁਛ ਮੰਗਾਂ, ਦੇਂਦੇ ਤੋਟ ਨਹੀਂ ਹਰ ਰੰਗਾ। ਮੈਂ ਬੱਚਿਆਂ ਵਾਂਗੂ ਮੰਗੀ ਜਾਂਦਾ, ਦੇਈ ਵੀ ਜਾਂਦਾ, ਪਰ ਮਨੁੱਖੀ ਸੁਭਾਅ ਹੈ ਜੇ ਉਹ 20 ਚੀਜ਼ਾਂ ਦੇ ਦੇਵੇ ਅਤੇ ਇੱਕ ਨਾ ਦੇਵੇ ਤਾਂ ਬੰਦਾ ਵਿਸ਼ਵਾਸ ਗਵਾ ਬਹਿੰਦਾ। ਸੁਖਮਨੀ ਸਾਹਿਬ 'ਚ ਲਿਖਿਆ ਮਹਾਰਾਜ ਜੀ ਨੇ, ਕਹਿੰਦੇ ਜੇ 10 ਦੇ ਦੇਵੇ ਨਾ ਉਹਨੂੰ ਭੁੱਲ ਜਾਂਦਾ, 10 ਵਸਤੂ ਲੇ ਪਾਛੇ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਅਤੇ ਨਾਲ ਕਹਿ ਦਿੱਤਾ ਇੱਕ ਭੀ ਨਾ ਦੇ 10 ਭੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ। ਜਿਹੜੀਆਂ 10 ਦਿੱਤੀਆਂ ਉਹ ਵੀ ਖੋਲ ਲਵੇ ਅਤੇ ਜਿਹੜੀ ਇੱਕ ਮੰਗਦਾ ਉਹ ਵੀ ਨਾ ਦੇਵੇ, ਫਿਰ ਕੀ ਕਰ ਲਏਗਾ ਬਈ ਤੂੰ, ਕੋਈ ਹੈ ਤਾਕਤ? ਫਿਰ ਨਾਲ ਕਹਿ ਦਿੱਤਾ ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਸਾਡਾ ਜ਼ੋਰ ਨਹੀਂ, ਅਰਦਾਸ ਹੈ, ਬੇਨਤੀ ਬਣਦੀ ਹੈ। ਹਾਂ, ਮੁਹੱਬਤ ਹੋ ਜਾਏ ਵਾਹਿਗੁਰੂ ਆਪਣੇ ਪਿਆਰੇ ਦੇ ਨਾਲ, ਫਿਰ ਉੱਥੇ ਜਾ ਕੇ ਜ਼ੋਰ ਵੀ ਬਣੇ ਆਉਂਦਾ ਆਪਣੇ ਸਾਹਿਬ ਦੇ ਭਰੋਸੇ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਾਡਾਇਆ। ਫਿਰ ਉੱਥੇ ਕਹਿ ਵੀ ਦੇਈਦਾ ਇਉਂ ਨਹੀਂ, ਇਉਂ ਕਰ ਬਾਪੂ, ਇਉਂ ਨਹੀਂ ਇਉਂ ਕਰ। ਫਿਰ ਉੱਥੇ ਅਵਸਥਾ ਹੁੰਦੀ ਹੈ, ਉਂਝ ਤਾਂ ਬਾਪੂ ਨੂੰ ਬਾਪੂ ਨਹੀਂ ਮੰਨਦਾ, ਤਾਨੇ ਮਿਹਣੇ ਮਾਰਦਾ ਅਤੇ ਲੋਕਾਂ ਵਿੱਚ ਗੱਲਾਂ ਕਰਦਾ ਫਿਰਦਾ, ਮੈਂ ਨਹੀਂ ਮੰਨਦਾ। ਅਤੇ ਉਂਝ ਕਹਿੰਦਾ ਫਿਰ ਜੇ ਕਿ ਲੋੜ ਪੈ ਜਾਏ, ਜੇ ਚੰਗਾ ਮੈਂ ਨਹੀਂ ਮੰਨਦਾ ਤੈਨੂੰ ਨਹੀਂ ਤਾਂ ਆਹ ਕੰਮ ਕਰੋ, ਕੋਈ ਇੱਕ ਵਾਰੀ ਨਹੀਂ 20 ਵਾਰੀ ਨਾ ਮੰਨ, ਜੇ ਨਾ ਮੰਨੇਗਾ ਤਾਂ ਫਿਰ ਕੀ ਹੈ, ਘੱਟ ਜਾਣ ਲੱਗਾ, ਜੇ ਤੂੰ ਮੰਨ ਜਾਏਗਾ ਵੱਧ ਜਾਣ ਲੱਗਾ। ਨਾ ਉਹਦਾ ਨਾ ਘੱਟਦਾ ਨਾ ਉਹਦਾ ਵਾਧਾ ਹੋਣਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਅਤੇ ਉਹ ਨਾ ਉਹ ਘੱਟਦਾ ਨਾ ਉਹ ਵੱਧਦਾ, ਉਹ ਤਾਂ ਇੱਕ ਸਾਰ ਹੈ। ਮਹਾਰਾਜ ਕਹਿੰਦੇ ਉਹਦੇ ਨਾਲ ਜੁੜ ਜਾ, ਉਹ ਜੋ ਚਾਹੇ ਉਹ ਕਰਨ ਦੀ ਸਮਰੱਥਾ ਰੱਖਦਾ ਹੈ। ਖਿੰਨ ਮੈਂ ਥਾਪ ਉਹ ਥਾਪਦਾ, ਤਿਸ ਬਿਨ ਨਹੀਂ ਕੋਈ। ਕਹਿੰਦੇ ਇੱਕ ਖਿੰਨ ਸਮੇਂ ਦਾ ਸਭ ਤੋਂ ਛੋਟਾ ਪੈਮਾਨਾ, ਬਹੁਤ ਸੈਕਿੰਡ ਤੋਂ ਵੀ ਘੱਟ ਸਮਾਂ, ਅੱਖ ਨੂੰ ਖੋਲ੍ਹਣ ਬੰਦ ਕਰਕੇ ਝਪਕਣ ਜਿੰਨਾ ਕੁ ਸਮਾਂ। ਮਹਾਰਾਜ ਜੀ ਕਹਿੰਦੇ ਇੱਕ ਖਿੰਨ ਵਿੱਚ ਹੀ ਉਹ ਜ਼ਿੰਦਗੀ ਦੇ ਸਕਦਾ ਅਤੇ ਖੋ ਸਕਦਾ, ਥਾਪ ਵੀ ਸਕਦਾ, ਉਹ ਥਾਪ ਦਾ ਲਾਹ ਵੀ ਸਕਦਾ, ਪਲਟਾ ਵੀ ਸਕਦਾ।
ਇਉਂ ਲੱਗਦਾ ਵੀ ਹੁਣ ਹੋ ਗਿਆ ਸਭ ਕੰਮ, ਮੁੜ ਕੇ ਫਿਰ ਇਉਂ ਲੱਗਦਾ ਕੁਛ ਵੀ ਨਹੀਂ ਹੋਇਆ, ਕਿੰਨਾ ਕੰਮ ਪਿਆ। ਕਈ ਵਾਰੀ ਲੱਗਦਾ ਬਹੁਤ ਕੰਮ ਪਿਆ, ਕਿੱਦਾਂ ਹੋ ਜਾਏਗਾ, ਫਿਰ ਅਗਲੇ ਪਾਲੇ ਲੱਗਦਾ ਉਹ ਦੁਨੀਆ ਜਿੱਤ ਲਈ। ਇਹ ਗੁਰੂ ਕੇ ਪਿਆਰੇ ਇਸ ਗੱਲ ਨੂੰ ਜਾਣਦੇ ਆ। ਮਹਾਰਾਜ ਕਹਿੰਦੇ ਇੱਕ ਖਿਣ 'ਚ ਥਾਪ ਸਕਦਾ ਹੈ ਅਤੇ ਖਤਮ ਕਰ ਸਕਦਾ ਹੈ ਇਹ ਸ੍ਰਿਸ਼ਟੀ, ਇਹ ਦੁਨੀਆ, ਉਹਦੇ ਸਾਹਮਣੇ ਕੁਛ ਵੀ ਨਹੀਂ ਸਾਧ ਸੰਗਤ। ਕਹਿੰਦੇ ਤਿਸ ਬਿਨ ਨਹੀਂ ਕੋਈ, ਉਹ ਤੋਂ ਬਿਨਾਂ ਗੁਰੂ ਕੇ ਸਿੱਖ ਨੂੰ ਹੋਰ ਕਿਸੇ ਦਾ ਭਰੋਸਾ ਨਹੀਂ, ਆਸ ਨਹੀਂ, ਗੁਰੂ ਕੇ ਸਿੱਖ ਦੇ ਸੁਰਤ ਵਿੱਚ ਕੋਈ ਹੋਰ ਨਹੀਂ ਵੀ ਕਿਸੇ ਹੋਰ ਵੱਲੋਂ ਜਾਵੇ ਜੀ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਹਾਂ, ਕਹਿੰਦੇ ਕਿਤੇ ਦੂਰ ਨਹੀਂ, ਉਹ ਛੱਡ ਕੇ ਨਹੀਂ ਚਲਾ ਗਿਆ, ਉਹ ਤਾਂ ਰੋਜ਼ ਆਉਂਦਾ ਤੇਰੇ ਕੋਲ, ਰੋਜ਼ ਬੈਠਦਾ। ਪਰ ਕੀ ਕਰੇ, ਤੂੰ ਸੁੱਤਾ ਪਿਆ, ਤੂੰ ਪੀਤੀ ਹੋਈ ਇੰਨੀ ਹੈ, ਬਾਣੀ 'ਚ ਲਿਖਿਆ। ਕਹਿੰਦੇ ਉਹ ਕੋਲ ਬੈਠਾ, ਪਰ ਉਹ ਕੋਲ ਆਉਂਦਾ ਅਤੇ ਡੀਕਦਾ ਵੀ ਕਿਤੇ ਜਾਗ ਜਾਏ। ਧੰਨ ਸੂਤੀ ਫਿਰ ਸਦ ਜਾਗਨਤਾ, ਪੀਓ ਮਦਰਾ ਧੰਨ ਮਤਮੰਤਾ। ਅਤੇ ਨਾਲ ਕਹਿੰਦੇ ਧੰਨ ਜਾਗੈ ਜੇ ਫਿਰ ਬੋਲਣਤਾ, ਜੇ ਧੰਨ ਜਾਗੇ ਤਾਂ ਬੋਲੇ, ਉਹ ਆਵਾਜ਼ ਮਾਰੇ ਉਹਨੂੰ, ਉਹ ਤੋਂ ਦੂਰ 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 ਹੋਈ ਜਾਂਦੀ ਹੈ। ਤਾਏ ਸਾਹਿਬ ਕੀ ਮੈਂ ਸਾਰ ਨਾ ਜਾਣੀ, ਮੈਂ ਨਹੀਂ ਜਾਣਦਾ ਤੈਨੂੰ। ਅਤੇ ਜਦੋਂ ਲੰਘ ਗਿਆ ਸਮਾਂ ਫਿਰ ਪਛਤਾਵਾ ਹੀ ਹੈ। ਕਹਿੰਦੇ ਉਹ ਤਾਂ ਖੰਡਾਂ ਵਿੱਚ, ਬ੍ਰਹਿਮੰਡਾਂ ਵਿੱਚ, ਖੰਡ ਛੋਟੇ ਟੋਟੇ, ਬ੍ਰਹਿਮੰਡ ਪੂਰਾ, ਪਤਾਲ ਧਰਤੀ ਦੇ ਥੱਲੇ, ਦੀਪ ਜਜ਼ੀਰੇ ਕਿਤੇ ਟਾਪੂ। ਮਹਾਰਾਜ ਕਹਿੰਦੇ ਰਵਿਆ ਸਭ ਲੋਈ, ਸਭ ਲੋਈ ਜਗ੍ਹਾ 'ਤੇ ਲੋਕ ਹੀ ਪ੍ਰਕਾਸ਼ਵਾਨ, ਵਾਹਿਗੁਰੂ ਹਰ ਜਗ੍ਹਾ ਉਹ ਵਿਆਪਕ ਹੈ। ਇਹ ਨਹੀਂ ਕਿ ਕਿਤੇ ਉਹਦੀ ਅਣਹੋਂਦ ਹੈ, ਜਿੱਥੇ ਕੌਮਨਿਸਟਾਂ ਦਾ ਵੀ ਜ਼ੋਰ ਚੱਲ ਗਿਆ, ਜਿਹੜੇ ਕਹਿੰਦੇ ਰਹੇ ਵੀ ਨਹੀਂ ਰੱਬ ਨਹੀਂ ਹੁੰਦਾ, ਰੱਬ ਨਹੀਂ ਹੁੰਦਾ, ਉੱਥੇ ਵੀ ਉਹ ਹੈ। ਜੇ ਨਾ ਹੋਵੇ ਤਾਂ ਕਾਹਨੂੰ ਜ਼ੋਰ ਲਾਉਣ ਵੀ ਹੁੰਦਾ ਨਹੀਂ। ਉਹ ਵੀ ਉਹਦੇ ਸਭ ਨਾਲੋਂ ਵੱਧ ਐਨਰਜੀ ਇਸੇ ਚੀਜ਼ 'ਤੇ ਉਹਨਾਂ ਦੀ ਲੱਗ ਜਾਂਦੀ ਵੀ ਰੱਬ ਨਹੀਂ ਹੁੰਦਾ, ਉਹਦੀ ਹਸਤੀ ਨਾਲ ਟੱਕਰ ਲੈਣ ਵਾਲੇ ਕਹਿ ਲਓ ਨੇਸ ਤੋਂ ਨਬੂਦ ਹੋ ਜਾਂਦੇ, ਪਰ ਉਹ ਸਦਾ ਹੀ ਰਹਿੰਦਾ ਹੈ। ਤਾਂ ਮਹਾਰਾਜ ਕਹਿੰਦੇ ਉਹ ਹਮੇਸ਼ਾ ਹੈ। ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਮਹਾਰਾਜ ਕਹਿੰਦੇ ਪਰ ਜੀ ਤੇ ਤਰਸ ਕਰੇ, ਰਹਿਮਤ ਕਰੇ, ਤੇਰਾ ਕੀਤਾ ਜਦ ਤੋਂ ਨਾਹੀਂ ਮੈਨੂੰ ਯੋਗ ਕੀਤੋ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਈ, ਤਰਸ ਪਿਆ, ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹਿ ਹਰਿਆ। ਜੇ ਉਹ ਤਰਸ ਕਰੇ ਮਹਾਰਾਜ ਕਹਿੰਦੇ ਫਿਰ ਕੀ ਹੁੰਦਾ ਹੈ, ਕਹਿੰਦੇ ਜਿਸ ਆਪ ਬੁਝਾਏ ਸੋ ਬੁਝ ਸੀ, ਉਹਨੂੰ ਪਤਾ ਲੱਗਦਾ, ਉਹਨੂੰ ਸਮਝ ਪੈਂਦੀ, ਅਤੇ ਨਹੀਂ ਤਾਂ ਸਮਝ ਨਹੀਂ ਪੈਂਦੀ, ਇਉਂ ਹੀ ਗਾਫਲਤਾ ਵਿੱਚ, ਅਗਿਆਨਤਾ ਵਿੱਚ ਭਟਕਦਾ ਰਹਿੰਦਾ ਹੈ। ਅਤੇ ਨਿਰਮਲ ਜਨ ਸੋਈ, ਮਹਾਰਾਜ ਕਹਿੰਦੇ ਉਹੀ ਜੀਵ, ਉਹੀ ਗੁਰਸਿੱਖ ਨਿਰਮਲ ਹੋ ਜਾਂਦਾ ਹੈ, ਤਨ ਕਰਕੇ, ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ, ਉਹਦੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਜੀ ਨੇ ਇੱਥੇ ਪਹਿਲੀ ਪੌੜੀ ਅਤੇ ਸ਼ਬਦ ਅੰਦਰ ਬਖਸ਼ਿਸ਼ ਕੀਤੀ। ਅਗਲੇ ਦਿਨਾਂ ਦੇ ਵਿੱਚ ਆਪਾਂ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਕਿ ਇੱਕ ਵੀਕ ਦਾ ਹੋਰ ਇੱਥੇ ਬਣਾਓ ਪ੍ਰੋਗਰਾਮ, ਅਤੇ ਆਪ ਸੰਗਤ ਦੇ ਦਰਸ਼ਨ ਕਰਾਂਗੇ। ਹੋਈਆਂ ਭੁੱਲਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ